ਧੰਨ ਵਾਹਿਗੁਰੂ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਹੋ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਆਪਣੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤਮਈ ਬਾਣੀ ਜੀ ਦੇ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਨੇ। ਅੱਜ ਦੀ ਸਾਡੀ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਪਿਛਲੇ ਹਫ਼ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਪ੍ਰਕਾਸ਼ ਪੁਰਬ ਪਿਛਲੇ ਹਫ਼ਤੇ ਆਇਆ, ਆ ਜਿਹੜਾ ਸਾਡਾ ਬੀਤਿਆ ਹੋਇਆ। ਔਰ ਅੱਜ ਜੱਸਾ ਸਿੰਘ ਰਾਮਗੜੀਆ ਜਿਹੜੇ ਸਾਡੇ ਜਰਨੈਲ ਹੋਏ ਨੇ ਉਹਨਾਂ ਦਾ ਜਨਮ ਦਿਨ ਹੈ। ਸੋ ਇਹਨਾਂ ਸਾਰੀਆਂ ਵਿਚਾਰਾਂ ਨੂੰ ਵਿਸ਼ਿਆਂ ਨੂੰ ਇੱਕੋ ਦਮ ਨਹੀਂ ਛੂਹਿਆ ਜਾ ਸਕਦਾ, ਸਾਰਿਆਂ ਦੀ ਆਪੋ ਆਪਣੀ ਰੈਲੇਵੈਂਸ ਹੈ। ਔਰ ਇਸ ਕਰਕੇ ਸਾਡਾ ਜਿਹੜਾ ਵਿਸ਼ਾ ਚੱਲਿਆ ਆ ਰਿਹਾ ਸੀ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ, ਉਹ ਵੈਰਾਗ ਦੇ ਨਾਲ ਸੰਬੰਧਿਤ ਸੀ, ਪਰਮਾਤਮਾ ਦੇ ਪਿਆਰ ਦੇ ਨਾਲ। ਤੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਰੀ ਬਾਣੀ ਦੇ ਵਿੱਚ ਵੈਰਾਗ ਮੂਲ ਭਾਵ ਦੇ ਰੂਪ 'ਚ ਹੈ। ਜਿਵੇਂ ਕਹਿ ਲਈਏ ਵੀ ਸਾਰਾ ਮਹਾਰਾਜ ਜੀ ਦਾ ਐਕਸਪੀਰੀਅੰਸ ਜਿਹੜਾ ਉਹ ਪਰਮਾਤਮਾ ਤੋਂ ਵਿਛੋੜੇ ਦੇ ਵੈਰਾਗ ਦੇ ਉੱਤੇ ਆਧਾਰਿਤ ਹੈ ਉਹਨਾਂ ਦੀ ਬਾਣੀ। ਤੋ ਇਸ ਕਰਕੇ ਮਨ 'ਚ ਆਇਆ ਵੀ ਮਹਾਰਾਜ ਜੀ ਦੀ ਬਾਣੀ ਨੂੰ ਹੀ ਵਿਚਾਰੀਏ, ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰਾਂਗੇ। ਤੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਵਿਖੇ ਹੋਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ। ਔਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਜਦੋਂ ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਇਹ ਸੁਨੇਹਾ ਮਿਲਿਆ ਵੀ ਘਰ ਬਾਲਕ ਨੇ ਜਨਮ ਲਿਆ, ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਵਿੱਚ ਸਨ, ਅੰਮ੍ਰਿਤ ਵੇਲੇ ਦੇ ਦੀਵਾਨ ਨੂੰ ਅਟੈਂਡ ਕਰ ਰਹੇ ਸਨ, ਉੱਥੇ ਸੰਗਤ ਦੇ ਵਿੱਚ ਸ਼ਾਮਿਲ। ਤੋ ਜਦੋਂ ਮਹਾਰਾਜ ਵਾਪਸ ਘਰਾਂ ਨੂੰ ਗਏ, ਜਾ ਕੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ, ਔਰ ਸਾਹਿਬ ਨੇ ਬਚਨ ਕੀਤਾ ਵੀ ਇਹ ਦੀਨ ਦੁਖੀਆਂ ਦੇ ਦਰਦ ਹਰਨਗੇ, ਉਹਨਾਂ ਦੀ ਪੀੜ ਨੂੰ ਇਹ ਮਹਿਸੂਸ ਕਰਨਗੇ ਔਰ ਉਹਦਾ ਨਿਵਾਰਨ ਕਰਨਗੇ। ਤੋ ਮਹਾਰਾਜ ਜੀ ਦਾ ਜੀਵਨ, ਸੱਚੇ ਪਾਤਸ਼ਾਹ ਜੀ ਦੀ ਬਾਣੀ, ਜਿੱਥੇ ਸਾਡੀਆਂ ਦੁਖੀ ਰੂਹਾਂ ਨੂੰ ਸਹਿਜ ਸ਼ਾਂਤੀ ਪ੍ਰਦਾਨ ਕਰਦੀਆਂ ਨੇ, ਉੱਥੇ ਲੋਕਾਈ ਦਾ ਜਿਹੜਾ ਬਾਹਰੀ ਦਰਦ ਹੈ, ਮਹਾਰਾਜ ਉਹਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਵੀ ਕਰਦੇ ਨੇ। ਸੱਚੇ ਪਾਤਸ਼ਾਹ ਜੀ ਦਾ ਜੀਵਨ ਬੜਾ ਕਮਾਲ ਦਾ ਹੈ। ਬਚਪਨ ਮਹਾਰਾਜ ਜੀ ਦਾ ਬੜੀ ਸਹਿਜਤਾ ਦੇ ਵਿੱਚ ਹੈ,
ਔਰ ਜਵਾਨੀ ਦੇ ਵਿੱਚ ਸੱਚੇ ਪਾਤਸ਼ਾਹ ਜੰਗਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਜਿੱਥੇ ਉਹਨਾਂ ਨੂੰ ਫਿਰ ਤੇਗ ਬਹਾਦਰ ਦਾ ਖਿਤਾਬ ਜੁੜਦਾ। ਉਸ ਤੋਂ ਬਾਅਦ ਮਹਾਰਾਜ ਜੀ ਦਾ ਇੱਕ ਜੀਵਨ ਪੂਰਾ ਭਗਤੀ 'ਚ ਹੈ, ਬਾਬਾ ਬਕਾਲੇ ਜਿਹੜੀ ਆਪਾਂ ਸਾਰੇ ਉਹ ਹਿਸਟਰੀ ਸੁਣਦੇ ਹਾਂ ਵੀ ਮਹਾਰਾਜ ਲੰਮੇ ਸਮੇਂ ਤੱਕ ਉੱਥੇ ਭੋਰੇ ਦੇ ਵਿੱਚ ਤਪੱਸਿਆ ਕਰਦੇ ਰਹੇ, ਪਰਮਾਤਮਾ ਦੀ ਯਾਦ ਦੇ ਵਿੱਚ ਜੁੜੇ ਰਹੇ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਤੋ ਖੈਰ ਇਹ ਪ੍ਰੋਸੈਸ ਲਾਈਫ ਦਾ ਹੈ, ਸਟੈਪ ਬਾਏ ਸਟੈਪ ਕਈ ਰੂਪ ਧਾਰਨ ਕਰਦਾ ਹੈ। ਮਹਾਰਾਜ ਜੀ ਦੇ ਜੀਵਨ ਦਾ ਤਾਤਵਿਕ ਜਿਹੜਾ ਸੰਦੇਸ਼ ਹੈ ਗੁਰਬਾਣੀ ਦੇ ਵਿੱਚ ਹੈ, ਸੱਚੇ ਪਾਤਸ਼ਾਹ ਜੀ ਨੇ 15 ਰਾਗਾਂ ਦੇ ਵਿੱਚ 59 ਸ਼ਬਦ ਅਤੇ 57 ਸਲੋਕ ਉਚਾਰਨ ਕੀਤੇ। ਸਲੋਕ ਜਿਨ੍ਹਾਂ ਨੂੰ ਆਪਾਂ ਭੋਗ ਦੇ ਸਲੋਕ ਕਹਿੰਦੇ ਹਾਂ, ਔਰ ਸਾਰੇ ਬੜੇ ਉਤਸ਼ਾਹ ਦੇ ਨਾਲ ਸੁਣਨੇ ਆ ਔਰ ਬੜੇ ਸਮਝ ਆਉਂਦੇ ਨੇ ਸਪਸ਼ਟ। ਤੋ ਸੱਚੇ ਪਾਤਸ਼ਾਹ ਉੱਥੇ ਜੀਵਨ ਦੀ ਹਕੀਕਤ ਨੂੰ ਸਾਡੇ ਸਨਮੁੱਖ ਰੱਖਦੇ ਨੇ, ਸੱਚ ਕੀ ਹੈ, ਜੀਵਨ ਕੀ ਹੈ। ਸੱਚ ਪਰਮਾਤਮਾ ਹੈ, ਮਨੁੱਖ ਦਾ ਜੀਵਨ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ, ਔਰ ਇਹਦੇ ਜੀਵਨ ਦਾ ਸ਼ਿਖਰ ਹੈ ਪਰਮਾਤਮਾ ਤੋਂ ਵਿਛੋੜੇ ਦਾ ਇਹਨੂੰ ਸ਼ਿਖਰਲੀ ਅਨੁਭਵ ਹੋਣਾ, ਜਿਹਨੂੰ ਵੈਰਾਗ ਕਹਿੰਦੇ ਨੇ। ਫਿਰ ਇਹ ਧਿਆਨ 'ਚ ਰੱਖਣ ਵਾਲੀ ਗੱਲ ਵੀ ਪਰਮਾਤਮਾ ਤੋਂ ਵਿਛੋੜੇ ਦਾ ਸ਼ਿਖਰਲੀ ਅਨੁਭਵ ਹੋਣਾ, ਜਿਹਨੂੰ ਵੈਰਾਗ ਕਹਿੰਦੇ ਨੇ। ਸ਼ਿਖਰਲੀ ਅਨੁਭਵ ਹੈ ਵੀ ਅਸੀਂ ਸਾਰੇ ਹੀ ਮਹਿਸੂਸ ਕਿਤੇ ਨਾ ਕਿਤੇ ਤਾਂ ਕਰਦੇ ਹਾਂ ਵੀ ਆਪਾਂ ਪਰਮਾਤਮਾ ਨਾਲੋਂ ਵਿਛੜੇ ਹਾਂ, ਪਰ ਸਾਡੇ ਅੰਦਰ ਹਾਲੇ ਵੈਰਾਗ ਵਾਲੀ ਕੋਈ ਲੇਅਰ ਨਹੀਂ ਉੱਠਦੀ। ਇਸ ਕਰਕੇ ਇਹਦਾ ਫਰਕ ਹੈ। ਅੱਗੇ ਸੈਕਟਰੀ ਸਾਹਿਬ ਜੀ ਨੇ ਬੇਨਤੀ ਕੀਤੀ ਵੀ ਜੇ ਕੋਈ ਸੰਗਤ ਦੇ ਵਿੱਚ ਜਦੋਂ ਆਪਾਂ ਲੈਕਚਰ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਮਨ 'ਚ ਕੋਈ ਸਵਾਲ ਆਵੇ ਤਾਂ ਉਹ ਤੁਸੀਂ ਲਿਖ ਕੇ ਦੇ ਸਕਦੇ ਹੋ, ਆਪਾਂ ਵਿਚਾਰ ਸਕਦੇ ਹਾਂ। ਉਹਦਾ ਕਾਰਨ ਇਹ ਹੈ, ਕਈ ਵਾਰੀ ਅਸੀਂ ਜਦੋਂ ਕੁਝ ਸੁਣਦੇ ਹਾਂ ਹਿਸਟਰੀ ਦਾ ਜਾਂ ਸਿਧਾਂਤ ਦਾ, ਤਾਂ ਸੰਗਤ ਦੇ ਵਿੱਚ ਕੁਝ ਇੱਕ ਜੀ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੇ ਕਿਤੋਂ ਨਾ ਕਿਤੋਂ ਥੋੜ੍ਹਾ ਬਹੁਤ ਪੜ੍ਹਿਆ ਹੁੰਦਾ, ਔਰ ਬਹੁਤੀ ਵਾਰੀ ਔਥੈਂਟਿਕ ਜਾਣਕਾਰੀ ਵੀ ਨਹੀਂ ਉਹਨਾਂ ਨੂੰ ਪਤਾ ਹੁੰਦੀ ਵੀ ਇਹ ਸਕੋਲਰ ਔਥੈਂਟਿਕ ਵੀ ਹੈ ਕਿ ਨਹੀਂ ਹੈ, ਤਾਂ ਉਹਨਾਂ ਦੇ ਮਨ 'ਚ ਕਨਫਿਊਜ਼ਨ ਆਉਂਦੀ ਹੈ ਵੀ ਤੁਸੀਂ ਆਹ ਕਿਹਾ ਜਾਂ ਅਸੀਂ ਸਟੇਜ ਤੋਂ ਐਵੇਂ ਸੁਣਿਆ, ਅਸੀਂ ਫਲਾਣੀ ਜਗ੍ਹਾ ਤੋਂ ਐਵੇਂ ਸੁਣਿਆ ਸੀ। ਤਾਂ ਉਹ ਇਸ ਕਰਕੇ ਸੀ ਵੀ ਜਦੋਂ ਜਿੰਨਾ ਚਿਰ ਤੱਕ ਸਾਨੂੰ ਔਥੈਂਟੀਸਿਟੀ ਦਾ ਨਹੀਂ ਪਤਾ ਵੀ ਕਿਹੜੇ ਸਾਡੇ ਸਕੋਲਰਸ ਵੀ ਜਿਹੜੇ ਨੇ ਉਹ ਸਹੀ ਗੱਲ ਕਰ ਰਹੇ ਨੇ, ਉਨਾ ਚਿਰ ਤੱਕ ਅਸੀਂ ਉਹਦਾ ਨਿਰਣਾ ਨਹੀਂ ਕਰ ਸਕਦੇ। ਸੋ ਇਸ ਕਰਕੇ ਸਾਧ ਸੰਗਤ ਜੀ ਬੇਨਤੀ ਸੀ ਵੀ ਜਦੋਂ ਵੀ ਕੋਈ ਮਨ 'ਚ ਖਿਆਲ ਆਵੇ ਤਾਂ ਅਸੀਂ ਸਵਾਲ ਆਪਣਾ ਲਿਖ ਕੇ ਵੀ ਦੇ ਸਕਦੇ ਹਾਂ, ਉਹਨੂੰ ਵਿਚਾਰਿਆ ਜਾ ਸਕਦਾ ਸੰਗਤ ਦੇ ਵਿੱਚ, ਤਾਂ ਕਿ ਸਾਡਾ ਉਹ ਧਿਆਨ ਇੱਕ ਜਗ੍ਹਾ ਇਕਾਗਰ ਹੋਵੇ। ਜਿਸ ਸੰਬੰਧ 'ਚ ਅਸੀਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਆ ਕੇ ਜੁੜਦੇ ਹਾਂ, ਅਸੀਂ ਉਸ ਗਿਆਨ ਨੂੰ ਪ੍ਰਾਪਤ ਕਰ ਸਕੀਏ, ਬਜਾਏ ਇਹਦੇ ਕਿ ਆਪਣੇ ਛੋਟੇ ਗਿਆਨ ਸਦਕਾ ਅਸੀਂ ਖੁਦ ਵੀ ਉਲਝੀਏ ਔਰ ਸੰਗਤ ਨੂੰ ਵੀ ਉਹਦੇ ਨਾਲ ਕੋਈ ਕਨਫਿਊਜ਼ਨ ਕ੍ਰੀਏਟ ਹੋਵੇ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਪਰਮਾਤਮਾ ਦੇ ਵਿਛੋੜੇ ਦਾ ਜਦੋਂ ਕਿਸੇ ਮਨੁੱਖ ਨੂੰ ਅਨੁਭਵ ਸਿਖਰ 'ਤੇ ਹੋਵੇ, ਫਿਰ ਸਮਝੋ ਵੀ ਉਹ ਪਰਮਾਤਮਾ ਨੂੰ ਪ੍ਰਾਪਤ ਕਰੇਗਾ। ਔਰ ਮਹਾਰਾਜ ਜੀ ਦੀ ਬਾਣੀ 'ਚ ਉਹਦਾ ਵੈਰਾਗ ਦਾ ਉਹ ਸਿਖਰ ਹੈ। ਪਰ ਉੱਥੋਂ ਤੱਕ ਜਾਣ ਦੇ ਵਿੱਚ ਪ੍ਰੋਬਲਮ ਕੀ ਹੈ? ਗੁਰਬਾਣੀ ਦੇ ਵਿੱਚ ਇਹ ਸਾਰੀ ਮਹਾਰਾਜ ਚੀਜ਼ ਨੂੰ ਵਿਚਾਰਦੇ,
ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਪੰਕਤੀ ਹੈ, ਸਾਧੋ ਮਨ ਕਾ ਮਾਨ ਤਿਆਗੋ। ਇਹ ਪੰਕਤੀ ਫਿਰ ਧਿਆਨ ਨਾਲ ਸੁਣਨੀ ਸਾਧ ਸੰਗਤ ਜੀ, ਸਾਧੋ ਮਨ ਕਾ ਮਾਨ ਤਿਆਗੋ। ਇੱਥੇ ਆਮ ਬੰਦੇ ਨੂੰ ਸੰਬੋਧਨ ਨਹੀਂ ਹੈਗਾ, ਸਾਧੂ ਨੂੰ ਸੰਬੋਧਨ ਹੈ, ਸਾਧ ਨੂੰ, ਯਾਨੀ ਜਿਹੜੇ ਸੁਰਤ ਦੀ ਸ਼ਿਖਰ ਵਾਲੇ ਲੋਕ ਨੇ, ਸੰਬੋਧਨ ਉਹਨਾਂ ਨੂੰ ਹੈ। ਜਿਹੜੇ ਸੱਚ ਦੇ ਰਾਹ ਦੇ ਪਾਂਧੀ ਨੇ, ਸੰਬੋਧਨ ਉਹਨਾਂ ਨੂੰ ਹੈ। ਸਾਧੋ ਮਨ ਕਾ ਮਾਨ ਤਿਆਗੋ। ਸਾਧੂਆਂ ਨੂੰ ਕਿਉਂ ਸੰਬੋਧਨ ਹੈ? ਇਹਦਾ ਮਤਲਬ ਇਹ ਹੋਇਆ ਵੀ ਸਾਤਵਿਕ ਰਾਹ 'ਤੇ ਤੁਰਦਿਆਂ ਕੁਝ ਪ੍ਰਾਪਤ ਹੋ ਜਾਏ, ਮਨ ਦੇ ਵਿੱਚ ਮਨ ਮਾਨ ਅਹੰਕਾਰ ਜਿਹੜਾ ਉਹ ਪ੍ਰਗਟ ਹੋ ਸਕਦਾ ਔਰ ਹੁੰਦਾ। ਮਨੁੱਖ ਦੇ ਕੋਲ ਗਿਆਨ ਕਿਸੇ ਰੂਪ ਦਾ, ਅਨੁਭਵ ਕਿਸੇ ਰੂਪ ਦਾ ਹੋਵੇ, ਉਹ ਆਪਣੀ ਛਾਪ ਉਹਦੇ ਅੰਦਰ ਛੱਡਦਾ ਔਰ ਉਹ ਜਦੋਂ ਉਹਦੇ ਨਿੱਜ ਨਾਲ ਜੁੜ ਜਾਂਦਾ, ਮਨੁੱਖ ਦੀ ਨਿੱਜ ਸ਼ਖਸੀਅਤ ਜਿਹੜੀ ਉਹਦੀ ਪਰਸਨਲ ਉਹਦੀ ਆਈਡੈਂਟੀ ਹੈ, ਉਦੋਂ ਅਹੰਗ ਦੇ ਵਿੱਚ, ਅਹੰਕਾਰ 'ਚ ਤਬਦੀਲ ਹੁੰਦਾ, ਭਾਵੇਂ ਉਹ ਸਾਧੂ ਰਾਹ ਦੇ ਉੱਤੇ ਤੁਰੇ ਹੋਏ ਸਾਤਵਿਕ ਪੁਰਖ ਵੀ ਕਿਉਂ ਨਾ ਹੋਣ। ਮਹਾਰਾਜ ਜੀ ਦੀ ਨਾ ਬਾਣੀ 'ਚ ਇੱਕ ਪੰਕਤੀ ਹੈ, ਅਜੋ ਸੁਨਾਓ ਸਮੁੰਦਰ ਮੈਂ, ਕਿਆ ਜਾਣੂ ਕਿਆ ਹੋਏ। ਜਿੰਨਾ ਚਿਰ ਤੱਕ ਮਨੁੱਖ ਸ਼ਿਖਰ 'ਤੇ ਜਾ ਕੇ ਬ੍ਰਹਮ ਦੇ ਵਿੱਚ ਵਿਲੀਨ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਉਹਦੇ ਡਿੱਗਣ ਦੀਆਂ, ਉਹਦੇ ਟੁੱਟਣ ਦੀਆਂ, ਉਹਦੇ ਅਹੰਗ ਦੇ ਵਿੱਚ ਲਟਕੇ ਰਹਿਣ ਦੀਆਂ ਬੇਅੰਤ ਸੰਭਾਵਨਾਵਾਂ ਨੇ। ਸਾਡੇ ਵਰਗੇ ਹਾਲੇ ਜਿਹੜੇ ਤੁਰੇ ਵੀ ਨਹੀਂ, ਉਹ ਵੀ ਕਈ ਵਾਰੀ ਐਵੇਂ ਮਹਿਸੂਸ ਕਰਦੇ ਨੇ ਵੀ ਉਹਨਾਂ ਨੂੰ ਬਹੁਤ ਗਿਆਨ ਆ। ਔਰ ਮਹਾਰਾਜ ਉਹਨਾਂ ਦੀ ਗੱਲ ਕਰਦੇ ਨੇ ਵੀ ਜਿਹੜੇ ਤੁਰ ਕੇ ਵੀ ਸ਼ਿਖਰ ਤੱਕ ਵੀ ਅੱਪੜਨ ਵਾਲੇ ਹੋਣ, ਉਹਨਾਂ ਦੀ ਵੀ ਉੱਥੇ ਵੀ ਸੰਭਾਵਨਾਵਾਂ ਨੇ। ਇਹਦਾ ਮਤਲਬ ਵੀ ਉੱਥੇ ਜੇ ਮਨੁੱਖ ਗੁਰੂ ਦੀ ਪ੍ਰੇਜੈਂਸ ਦੇ ਵਿੱਚ ਜਿਉਂਦਾ ਅਤੇ ਤੁਰਦਾ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨੀ ਹਰ ਮੇਰੀ, ਉਹ ਸੰਭਾਵਨਾ ਫਿਰ ਹੈਗੀ ਵੀ ਗੁਰੂ ਰੱਖਦਾ, ਫਿਰ ਗੁਰੂ ਉੱਥੋਂ ਤੱਕ ਲੈ ਕੇ ਜਾਂਦਾ। ਤੋ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਧੋ ਸਾਧੋ ਮਨ ਕਾ ਮਾਨ ਤਿਆਗੋ। ਮਨ ਦੇ ਮਾਨ ਨੂੰ ਫਲੋਰਿਸ਼ ਕਰਨ ਵਾਲਾ, ਪਾਵਰ ਦੇਣ ਵਾਲਾ, ਐਨਰਜੀ ਦੇਣ ਵਾਲੀਆਂ ਕਿਹੜੀਆਂ ਚੀਜ਼ਾਂ ਨੇ? ਦੂਸਰੀ ਪੰਕਤੀ 'ਚ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਿਸ ਭਾਗੋ। ਮਨੁੱਖ ਨੂੰ ਇਹ ਤਿੰਨ ਚੀਜ਼ਾਂ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦੀਆਂ ਨੇ, ਕਾਮ ਹੈ, ਕ੍ਰੋਧ ਹੈ ਅਤੇ ਬੁਰੇ ਇਨਸਾਨ ਦੀ ਸੰਗਤ, ਉਹਨੂੰ ਗਲਤ ਦਿਸ਼ਾ ਦੇ ਵਿੱਚ ਲੈ ਕੇ ਜਾਣਗੀਆਂ। ਸਾਹਿਬ ਕਹਿੰਦੇ ਨੇ ਤਾਤੇ ਅਹਿਨਿਸ ਭਾਗੋ। ਇੱਥੇ ਭਾਗਾਂ ਭੱਜਣ ਦਾ ਮਤਲਬ ਭਾਗਵਾਦੀ ਹੋ ਜਾਣਾ ਜੀ, ਉਹਦੇ ਤੋਂ ਡਰ ਨਹੀਂ ਹੈਗਾ। ਦੈਟ ਮੀਨਸ ਉਹਦੇ ਪ੍ਰਤੀ ਸੁਚੇਤ ਹੋ ਕੇ ਰਹਿਣ ਦੀ ਲੋੜ, ਵੀ ਉਹ ਤੁਹਾਨੂੰ ਪ੍ਰਭਾਵਿਤ ਨਾ ਕਰ ਸਕੇ, ਉਹ ਤੁਹਾਨੂੰ ਡੁਲਾ ਨਾ ਸਕੇ, ਉਹ ਤੁਹਾਨੂੰ ਆਪਣੇ ਟੀਚੇ ਤੋਂ ਵੱਖ ਨਾ ਕਰ ਸਕੇ। ਔਰ ਮਹਾਰਾਜ ਜੀ ਦੀ ਬਾਣੀ ਇਸ ਕਰਕੇ ਸਾਨੂੰ ਇਸ ਪਾਸੇ ਪ੍ਰੇਰਦੀ ਵੀ ਹੈ, ਤੋਰਦੀ ਵੀ ਹੈ, ਔਰ ਫਿਰ ਸਹਾਰਾ ਗੁਰੂ ਦਾ ਰੱਖਣ ਦੀ ਚੇਤਨਾ ਮਹਾਰਾਜ ਬਖਸ਼ਦੇ ਨੇ, ਕਿਉਂਕਿ ਜੇ ਗੁਰੂ ਤੋਂ ਅਸੀਂ ਆਪਣਾ ਹੱਥ ਛੁਡਾ ਲਿਆ, ਫਿਰ ਪਹੁੰਚਣ ਦੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਨੇ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮੱਧ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ। ਪਰਮਾਤਮਾ ਦੀ ਬੰਦਗੀ ਜਿੰਨਾ ਚਿਰ ਤੱਕ ਮਨੁੱਖ ਮਾਨ ਦਾ ਐਕਸਪੀਰੀਅੰਸ ਨਹੀਂ ਕਰਦਾ, ਉਹਨੂੰ ਹੋ ਨਹੀਂ ਸਕਦੀ। ਵੀ ਜਿੰਨਾ ਚਿਰ ਤੱਕ ਅਹੰਗ ਦੀ ਪਹਿਚਾਣ ਹੀ ਨਹੀਂ ਸਾਨੂੰ, ਉਨਾ ਚਿਰ ਤੱਕ ਭਗਤੀ ਦੇ ਨਾਲ ਕੋਈ ਸਾਂਝ ਨਹੀਂ ਬਣੇਗੀ।
ਇਹਦਾ ਮਤਲਬ ਵੀ ਭਗਤ ਏਡੀ ਚੇਤਨ ਹਸਤੀ ਹੁੰਦੀ ਹੈ ਜਿਹੜੇ ਨਾਮ ਜਪਣ ਵਾਲੇ ਜੀ ਨੇ, ਉਹਨਾਂ ਨੂੰ ਆਪਣੇ ਅੰਦਰ ਵਾਪਰਨ ਵਾਲੇ ਹਰ ਤਰ੍ਹਾਂ ਦੇ ਮਾਨਸਿਕ, ਸਰੀਰਕ ਜਾਂ ਇੰਦਰਿਆਵੀ ਕਿਰਿਆ ਦਾ ਬਹੁਤ ਗਹਿਰਾ ਅਤੇ ਸੁਚੇਤ ਗਿਆਨ ਹੁੰਦਾ ਵੀ ਕੋਈ ਵੀ ਚੀਜ਼ ਅੰਦਰ ਜਿਹੜੀ ਆ ਉਹ ਡਿਸਟਰਬ ਕਰ ਸਕਦੀ ਹੈ, ਧਿਆਨ ਨੂੰ ਡਿਸਟਰਬ ਕਰੇਗੀ ਜਦੋਂ ਪਰਮਾਤਮਾ 'ਚ ਨਹੀਂ ਲੱਗੇਗਾ। ਮਾਇਆ ਕੇ ਮੱਧ ਜਨਮ ਸਿਰਾਇਓ, ਮੱਧ ਹੁੰਦਾ ਨਸ਼ਾ, ਤੋ ਮਾਇਆ ਦਾ ਵੀ ਇੱਕ ਨਸ਼ਾ। ਸਾਹਿਬ ਕਹਿੰਦੇ ਨੇ ਸਾਰਾ ਜੀਵਨ ਜਦੋਂ ਉਸ ਨਸ਼ੇ ਦੇ ਵਿੱਚ ਬੀਤੇ, ਰਾਮ ਭਜਨ ਨਹੀਂ ਲੱਗੇ, ਮਨ ਫਿਰ ਪਰਮਾਤਮਾ ਦੀ ਭਗਤੀ 'ਚ ਨਹੀਂ ਲੱਗਦਾ। ਔਰ ਫਿਰ ਦੂਜੀ ਅਲਾਮਤਾ ਵੀ ਮਨ ਜਿਹੜਾ ਉਹ ਉਹਦੇ ਨਾਲ ਮਾਇਆ ਦੇ ਐਕਸਪੀਰੀਅੰਸਿਸ ਹੌਲੀ ਹੌਲੀ ਮਨ ਨੂੰ ਅਹੰਮਤਾ ਬਣਾਉਂਦੇ ਨੇ, ਅਹੰਕਾਰੀ ਬਣਾਉਂਦੇ ਨੇ, ਅਭਿਮਾਨੀ ਬਣਾਉਂਦੇ ਨੇ। ਔਰ ਉਹਦੀ ਪਹਿਚਾਣ ਕੀ ਹੈ ਵੀ ਮਨੁੱਖ ਕੋਲ ਕੋਈ ਸੂਝ ਗਹਿਰੀ ਹੈ ਨਹੀਂ, ਪਰ ਉਹ ਦਾਵਾ ਉਹਦਾ ਉੱਚਾ ਹੋ ਜਾਂਦਾ। ਔਰ ਇਹ ਪ੍ਰੋਬਲਮ ਉਹਨੂੰ ਪਰਮਾਤਮਾ ਦੀ ਬੰਦਗੀ ਤੋਂ ਤੋੜਦੀ ਹੈ। ਇੱਥੇ ਇੱਕ ਗੱਲ ਫਿਰ ਧਿਆਨ 'ਚ ਰੱਖਣ ਵਾਲੀ ਹੈ ਵੀ ਮਨੁੱਖ ਕੁਝ ਵੀ ਦੁਨਿਆਵੀ ਤੌਰ 'ਤੇ ਕਮਾਏ ਉਹਨੂੰ ਦੁਨੀਆਂ ਦੇ ਵਿੱਚ ਜਸਟੀਫਾਈ ਉਹ ਕਰ ਸਕਦਾ, ਪਰ ਬੰਦਗੀ ਦੇ ਮਾਮਲੇ 'ਚ ਉਹ ਚੀਜ਼ ਉਹਦੇ ਨਾਲ ਸਹਾਇਕ ਨਹੀਂ ਹੁੰਦੀ। ਔਰ ਮਨੁੱਖ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਸਿਰਫ ਸਮਾਜ ਦੀ ਬਾਹਰੀ ਤੌਰ 'ਤੇ ਵੇਖਦਾ, ਜੋ ਕੁਝ ਉਹ ਅੰਤਰੀਵ ਵੱਲ ਬਹੁਤ ਘੱਟ ਜਾਂਦਾ, ਬਹੁਤ ਉਹ ਐਕਸਪੀਰੀਅੰਸ ਬਹੁਤ ਗਹਿਰੇ ਨੇ। ਔਰ ਇਸ ਕਰਕੇ ਮਹਾਰਾਜ ਪਹਿਲਾਂ ਮਾਨ ਦੇ ਪ੍ਰਤੀ ਸੁਚੇਤ ਕਰਦੇ ਨੇ, ਉਹ ਵੀ ਸਾਤਵਿਕ ਪੁਰਖਾਂ ਨੂੰ, ਸਾਧੂ ਜਨਾਂ ਨੂੰ, ਸਾਧੋ ਮਨ ਕਾ ਮਾਨ ਤਿਆਗੋ। ਤਿਆਗਣਾ ਹੁੰਦਾ ਛੱਡ ਦੇਣਾ, ਔਰ ਛੱਡੇਗਾ ਮਨੁੱਖ ਕਿਹਨੂੰ, ਜਿਹਨੂੰ ਉਹਨੇ ਫੜਿਆ ਹੋਇਆ ਪਹਿਲਾਂ, ਜਿਹੜਾ ਉਹਦੇ ਨਾਲ ਕੋਈ ਜੁੜਿਆ ਹੋਇਆ। ਮੰਨ ਲਓ ਅਸੀਂ ਕਿਸੇ ਚੀਜ਼ ਨੂੰ ਆਖੀਏ ਵੀ ਆਹ ਅਸੀਂ ਛੱਡ ਦਿੱਤੀ, ਤੋ ਦੈਟ ਮੀਨਸ ਵੀ ਉਹਦੇ ਨਾਲ ਸਾਡਾ ਰਿਲੇਸ਼ਨ ਹੈ, ਸਾਨੂੰ ਪਤਾ ਹੈ ਉਹਦਾ। ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਅਸੀਂ ਉਹਨੂੰ ਛੱਡ ਵੀ ਨਹੀਂ ਸਕਦੇ। ਔਰ ਮਨੁੱਖ ਦਾ ਮਾਇਆ ਦੇ ਨਾਲ ਰਿਲੇਸ਼ਨ ਕਿਵੇਂ ਦਾ ਹੈ, ਨਸ਼ੇ ਵਾਲਾ ਹੈ। ਵੀ ਮਨੁੱਖ ਨੂੰ ਮਾਇਆ ਦੀ ਐਡਿਕਸ਼ਨ ਹੈ, ਔਰ ਜਿਹੜਾ ਮਨੁੱਖ ਐਡਿਕ ਹੁੰਦਾ ਕਿਸੇ ਵੀ ਚੀਜ਼ ਦਾ, ਇੱਥੋਂ ਤੱਕ ਕਿ ਚਾਹ ਦੇ ਕੱਪ ਦਾ ਵੀ, ਜੇ ਕਿਸੇ ਨੂੰ ਉਹ ਲਾਲਸਾ ਜਾਂ ਨਸ਼ਾ ਜਾਂ ਮੱਧ ਲੱਗਾ ਹੋਇਆ, ਮਨੁੱਖ ਉਹਨੂੰ ਵੀ ਨਹੀਂ ਛੱਡਦਾ। ਭਾਵੇਂ ਉਹਨੂੰ ਡਾਕਟਰ ਕਹਿ ਵੀ ਦੇਣ ਵੀ ਇਹਦੇ ਨਾਲ ਤੈਨੂੰ ਬਿਮਾਰੀ ਹੋਏਗੀ, ਤੇਰਾ BP ਨਹੀਂ ਘਟਣਾ, ਤੂੰ ਪਰੇਸ਼ਾਨ ਰਹੇਗਾ। ਬਹੁਤੇ ਤੁਸੀਂ ਐਵੇਂ ਦੇ ਲੋਕ ਮਿਲਣਗੇ ਤੁਹਾਨੂੰ ਦੁਨੀਆ ਦੇ ਵਿੱਚ, ਜਿਨ੍ਹਾਂ ਨੂੰ ਪਤਾ ਵੀ ਆਹ ਪੀਣ ਦੇ ਨਾਲ ਸਿਰਫ ਚਾਹ ਦੀ ਛੋਟੀ ਜਿਹੀ ਗੱਲ ਵੀ ਉਹਨੂੰ ਤਕਲੀਫ ਦਿੰਦੀ ਹੈ, ਉਹ ਫਿਰ ਵੀ ਪੀਂਦਾ। ਇਹਨੂੰ ਕਹਿੰਦੇ ਆ ਨਸ਼ਾ, ਐਡਿਕ ਹੋ ਜਾਣਾ ਕਿਸੇ ਚੀਜ਼ ਦਾ। ਔਰ ਮਨੁੱਖ ਦਾ ਇਹ ਫਿਜ਼ੀਕਲੀ ਨਹੀਂ ਹੁੰਦਾ ਸਿਰਫ ਸਤਸੰਗ ਜੀ, ਇਹ ਮੈਂਟਲੀ ਹੁੰਦਾ ਵੀ ਉਹਦੇ ਦਿਮਾਗ ਦੇ ਵਿੱਚ ਇਹਨੂੰ ਫਰੀਓਰਟੀ ਹੁੰਦੀ ਹੈ ਉਸ ਮਨੁੱਖ ਦੇ, ਵੀ ਜੇ ਮੈਂ ਨਾ ਪੀਂਦਾ, ਮੈਂ ਪੀਤਾ ਨਹੀਂ, ਮੇਰਾ ਸਿਰ ਪੀੜ ਹੋਈ ਜਾਂਦਾ ਜੀ, ਮੈਨੂੰ ਉਂਝ ਆਲਸ ਹੋ ਗਿਆ, ਮੈਂ ਅੱਜ ਚਾਹ ਨਹੀਂ ਪੀਤੀ, ਉਹ ਪ੍ਰੋਬਲਮ ਉਹਦੇ ਅੰਦਰੋਂ ਨਿਕਲ ਕੇ ਆਉਂਦੀ ਹੈ, ਬਾਹਰੀ ਤੌਰ 'ਤੇ ਸਿਰਫ ਉਹ ਤਾਂ ਸਾਧਨ ਬਣਦੇ ਨੇ। ਤਾਂ ਇਸ ਕਰਕੇ ਮਹਾਰਾਜ ਜਦੋਂ ਸਾਨੂੰ ਸੁਚੇਤ ਕਰਦੇ ਨੇ ਉਹ ਮਨ ਦੇ ਪ੍ਰਤੀ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਮਨ ਦਾ ਸੰਬੋਧਨ ਵਾਰ ਵਾਰ ਹੈ। ਜਿਹੜੇ ਆਪਾਂ ਸਲੋਕ ਸੁਣਦੇ ਹਾਂ ਭੋਗਦੇ ਸਮੇਂ, ਉਹਨਾਂ 'ਚ ਵੀ ਹਰ ਸਲੋਕ ਦੇ ਵਿੱਚ ਮੋਸਟਲੀ ਜ਼ਿਆਦਾਤਰ ਮਨ ਨੂੰ ਸੰਬੋਧਨ ਡਾਇਰੈਕਟਲੀ। ਤੋ ਇਹਦਾ ਮਤਲਬ ਵੀ ਜਿਹੜੀ ਪ੍ਰੋਬਲਮ ਖੜੀ ਹੁੰਦੀ ਹੈ ਉਹ ਮਨ ਦੇ ਵਿੱਚੋਂ ਖੜੀ ਹੁੰਦੀ ਹੈ, ਸਰੀਰ ਉਹਦੇ ਵਿੱਚ ਸੈਕੰਡਰੀ ਹੁੰਦਾ, ਸਾਡੀ ਲੋੜ ਉਹਦੇ 'ਚ ਸੈਕੰਡਰੀ ਹੋ ਜਾਂਦੀ ਹੈ।
ਚਾਹ ਦਾ ਕੱਪ ਨਹੀਂ ਪੀਤਾ, ਸਿਰ ਦੁੱਖ ਰਿਹਾ, ਇਸ ਕਰਕੇ ਨਹੀਂ ਦੁੱਖ ਰਿਹਾ ਵੀ ਚਾਹ ਨਹੀਂ ਪੀਤੀ, ਇਸ ਕਰਕੇ ਦੁੱਖ ਰਿਹਾ ਵੀ ਉਹ ਵਿਚਾਰ ਮਨ ਦੇ ਵਿੱਚ ਵਾਰ ਵਾਰ ਗਤੀ ਕਰ ਰਿਹਾ, ਔਰ ਉਹਦੀ ਉਹ ਗਤੀ ਜਿੰਨੀ ਤੇਜ਼ ਹੋ ਰਹੀ ਹੈ ਸਾਡੇ ਮਨ ਦੀਆਂ ਹਰਕਤਾਂ ਦੇ ਵਿੱਚ, ਸਾਡੇ ਅੰਦਰ ਸੋਚ ਮੰਡਲ ਦੇ ਵਿੱਚ, ਓਨਾ ਉਹ ਫਿਰ ਸਾਡਾ ਜਿਹੜਾ ਨਾੜੀ ਤੰਤਰ ਹੈ ਜਾਂ ਬਲੱਡ ਸਰਕੂਲੇਸ਼ਨ ਹੈ ਉਹਨੂੰ ਡਿਸਟਰਬ ਕਰ ਦਿੰਦਾ, ਔਰ ਜਿਵੇਂ ਬਲੱਡ ਸਰਕੂਲੇਸ਼ਨ ਡਿਸਟਰਬ ਹੋਏਗਾ ਸਾਡੀ ਖੋਪੜੀ ਦੇ ਵਿੱਚ, ਉਵੇਂ ਸਿਰ ਪੀੜ ਹੋਣ ਲੱਗ ਜੇ। ਇਹ ਤਾਂ ਬੇਸਿਕ ਜੀ ਥਿਊਰੀ, ਇਹਦੇ ਵਾਸਤੇ ਕੋਈ ਬਹੁਤਾ ਗਹਿਰਾ ਜਾਣ ਦੀ ਲੋੜ ਨਹੀਂ। ਤੋ ਸਾਹਿਬ ਕਹਿੰਦੇ ਨੇ ਇਸ ਕਰਕੇ ਇਹਦੇ ਤੋਂ ਬਚਣ ਦਾ ਉਪਾਅ ਕੀ ਹੈ, ਵੀ ਮਨ ਦਾ ਮਾਨ ਤਿਆਗ ਦਿੱਤਾ ਜਾਏ, ਫੜ ਕੇ ਜੋ ਬੈਠੇ ਹਾਂ ਉਹਨੂੰ ਛੱਡ ਦੇਣਾ। ਤੋ ਸਾਹਿਬ ਕਹਿੰਦੇ ਨੇ ਤਿੰਨ ਚੀਜ਼ਾਂ ਤੋਂ ਖਾਸ ਸੁਚੇਤ ਹੋ ਜਾਓ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਅਤੇ ਅਹਿਨਿਸ ਭਾਗੋ। ਆਚਾਰਿਆ ਰਾਜਨੀਸ਼ ਨੇ ਇੱਕ ਸਾਇੰਟੀਫਿਕ ਥਿਊਰੀ ਦਾ ਜ਼ਿਕਰ ਕਰਦਾ, ਉਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਨਾ ਵੀ ਚੰਗੀ ਸੰਗਤ ਅਤੇ ਮਾੜੀ ਸੰਗਤ 'ਚ ਫਰਕ ਕੀ ਹੁੰਦਾ, ਕਹਿੰਦਾ ਅਧਿਆਤਮ ਨੂੰ ਤੁਸੀਂ ਹਾਲੇ ਛੱਡ ਦਿਓ, ਅਧਿਆਤਮ ਬਹੁਤ ਵੱਡੇ ਐਕਸਪੀਰੀਅੰਸਿਸ। ਉਹ ਕਹਿੰਦਾ ਮੈਂ ਤੁਹਾਨੂੰ ਸਾਇੰਸ ਵਾਲੀ ਇੱਕ ਥਿਊਰੀ ਦੱਸਦਾ ਜਿਹੜੀ ਕਹਿੰਦਾ ਪ੍ਰਮਾਣਿਤ ਹੋ ਚੁੱਕੀ ਹੈ। ਤੁਸੀਂ ਚੰਗੇ ਵਿਚਾਰ ਵਾਲੇ, ਚੰਗੇ ਅਨੁਭਵ ਵਾਲੇ ਸਾਤਵਿਕ ਪੁਰਖ ਦੇ ਕੋਲ ਜਾ ਕੇ ਬੈਠੋ, ਤੁਹਾਡੇ ਬਲੱਡ ਦੇ ਅੰਦਰ ਜਿਹੜੇ ਵਾਈਟ ਸੈਲਸ ਨੇ ਉਹ ਯਕਦਮ 1500 ਪਲੱਸ ਮਲਟੀਪਲਾਈ ਹੋ ਜਾਂਦੇ, ਵੀ ਉਹਨਾਂ ਦੇ ਅੰਦਰ ਇੰਨੀ ਪੋਜ਼ਿਟਿਵਿਟੀ ਆਉਂਦੀ ਹੈ, ਤੁਹਾਡੇ ਫਿਜ਼ੀਕਲੀ, ਤੁਹਾਡੇ ਅੰਦਰ ਮੈਂਟਲੀ, ਤੁਹਾਡੇ ਅੰਦਰ ਇੰਨੀ ਪੋਜ਼ਿਟਿਵਿਟੀ ਆਊਗੀ ਵੀ ਤੁਹਾਡੇ ਵਾਈਟ ਸੈਲਸ ਜਿਹੜੇ ਨੇ ਉਹ ਯਕਦਮ ਐਕਟਿੰਗ ਹੋ ਜਾ, ਯਕਦਮ ਜਿਵੇਂ ਅੱਖ ਦੇ ਚਮੱਕੇ 'ਚ। ਪਰ ਉਹਨਾਂ ਦੀ ਉਹ ਐਕਟੀਵੇਸ਼ਨ ਜਿਹੜੀ ਉਹ ਪੋਜ਼ਿਟਿਵ ਹੈ, ਕਿਉਂਕਿ ਤੁਸੀਂ ਕਿਸੇ ਚੰਗੀ ਹਸਤੀ ਦੀ ਸੰਗਤ 'ਚ ਬੈਠੇ ਹੋ। ਔਰ ਫਿਰ ਉਹ ਦੂਸਰਾ ਦਿੰਦਾ ਵੀ ਤੁਸੀਂ ਹੁਣ ਬੁਰੀ ਵਿਚਾਰ ਵਾਲੇ ਮਨੁੱਖ ਦੇ, ਬੁਰੇ ਚਿੰਤਨ ਵਾਲੇ ਮਨੁੱਖ ਦੇ, ਭੈੜੇ ਐਕਸਪੀਰੀਅੰਸ ਵਾਲੇ ਮਨੁੱਖ ਦੀ ਸੰਗਤ 'ਚ ਜਾ ਕੇ ਬੈਠੋ, ਉਹ 1600 ਮਾਈਨਸ ਹੋ ਜਾਂਦੇ। ਵਧਣ ਦੀ ਗਤੀ 1500 ਹੈ, ਮਾਈਨਸ ਹੋਣ ਦੀ 1600। ਇਹਦਾ ਮਤਲਬ ਨੈਗੇਟਿਵਿਟੀ ਮਨੁੱਖੀ ਸਰੀਰ ਅਤੇ ਮਨ ਦੇ ਉੱਤੇ ਇੰਨਾ ਜ਼ਿਆਦਾ ਅਸਰ ਪਾਉਂਦੀ ਹੈ ਵੀ ਪੋਜ਼ਿਟਿਵ ਸਹੀ ਪਾਸੇ ਜਾਣ ਵਾਸਤੇ ਮਨੁੱਖ ਨੂੰ ਹਾਲੇ ਸਟਰਗਲ ਕਰਨਾ ਪੈਂਦਾ, ਬੁਰੇ ਪਾਸੇ ਨੂੰ ਜਾਣ ਵਾਸਤੇ ਉਹਨੂੰ ਕੋਈ ਬਹੁਤਾ ਸਟਰਗਲ ਕਰਨ ਦੀ ਲੋੜ ਨਹੀਂ ਪੈਂਦੀ, ਉਹ ਯਕਦਮ ਉੱਧਰ ਸਹਿਮਤ ਹੋ ਜਾਂਦਾ। ਚੰਗੇ ਪਾਸੇ ਨੂੰ ਸਹਿਮਤ ਹੋਣ ਲੱਗਿਆਂ ਉਹ ਕਈ ਸਿਰਦਰਦੀ ਵੀ ਲੈ ਲੈਂਦੇ ਨੇ ਵੀ ਇਹ ਕਰਨ ਦੀ ਲੋੜ ਹੈਗੀ ਹੈ ਕਿਤੇ, ਕਿਉਂਕਿ ਉਹਦੇ ਦੂਜੇ ਪਾਸੇ ਇੱਕ ਪੂਰਾ ਸਮਾਜ ਬੈਠਾ ਹੁੰਦਾ। ਤਾਂ ਇਸ ਕਰਕੇ ਮਹਾਰਾਜ ਜੀ ਜਦੋਂ ਸਾਨੂੰ ਗੁਰਬਾਣੀ 'ਚ ਸੁਚੇਤ ਕਰਦੇ ਨੇ ਸਾਧ ਸੰਗਤ ਜੀ, ਇਹ ਬਹੁਤ ਕਮਾਲ ਦੇ ਨੁਕਤੇ ਨੇ ਵੀ ਮਹਾਰਾਜ ਕਿਉਂ ਕਹਿੰਦੇ ਨੇ ਵੀ ਤੁਸੀਂ ਬੁਰੇ ਦੀ ਸੰਗਤ ਤੋਂ ਦੂਰ ਰਹੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਦੁਰਜਨ ਦੀ ਸੰਗਤ ਦੇ ਵਿੱਚ ਕਾਮ ਅਤੇ ਕ੍ਰੋਧ ਦੋਵੇਂ ਬਹੁਤ ਪ੍ਰਭਾਵੀ ਹੁੰਦੇ ਨੇ ਜੀ, ਇਫੈਕਟ ਇਹ ਤਿੰਨੇ ਚੀਜ਼ਾਂ ਆਪਸ 'ਚ ਬਹੁਤ ਜੁੜੀਆਂ ਹੋਈਆਂ ਨੇ। ਬੁਰੀ ਮੱਤ ਵਾਲਾ ਮਨੁੱਖ ਜਿਹੜਾ ਹੈ ਉਹ ਕਦੀ ਵੀ ਪਰਮੇਸ਼ਵਰ ਵਾਲਾ ਪਾਸੇ ਨੂੰ ਜਾਣ ਵਾਸਤੇ ਸਾਡੇ ਨਾਲ ਸਹਿਮਤੀ ਦੇ ਗਏ ਨੇ, ਤੁਸੀਂ ਕਦੀ ਦੇਖ ਲਿਓ। ਪਰ ਜੇ ਅਸੀਂ ਉਹ ਐਕਸਪੀਰੀਅੰਸ ਕਰਨੇ ਹਾਂ ਵੀ ਅਸੀਂ ਬੁਰੀ ਸੰਗਤ ਦੇ ਵਿੱਚੋਂ ਨਿਕਲ ਕੇ ਅਸੀਂ ਚੰਗੀ ਵਾਲੇ ਪਾਸੇ ਆਉਂਦੇ ਹਾਂ, ਫਿਰ ਅਸੀਂ ਵਾਪਸ ਉੱਥੇ ਹੀ ਚਲੇ ਜਾਂਦੇ ਹਾਂ, ਸਾਡੀ ਬਹੁਤੀ ਮੈਂਟੈਲਿਟੀ ਉਵੇਂ ਹੀ ਸੈਟਅਪ ਹੁੰਦਾ ਉਹਦਾ, ਉਹ ਪੋਜ਼ਿਟਿਵਿਟੀ ਅਤੇ ਨੈਗੇਟਿਵਿਟੀ ਦੇ ਵਿੱਚ ਉਹ ਸਟਰਗਲ ਚੱਲਦਾ ਰਹਿੰਦਾ ਬਸ, ਔਰ ਮਨੁੱਖ ਹਮੇਸ਼ਾ ਹੀ ਬੁਰੇ ਪਾਸੇ ਨੂੰ ਸਹਿਮਤੀ ਦੇ ਦਿੰਦਾ ਵੀ ਚਲੋ ਠੀਕ ਹੈ ਆਹੀ ਜੀਵਨ ਆ, ਇਹ ਉਹਦਾ ਇਹ ਇੱਕ ਐਕਸਪੀਰੀਅੰਸ ਹੈ ਵੀ ਉਹਨੇ ਹਾਰ ਮੰਨ ਲਈ ਵੀ ਬਸ ਹੈ ਨਹੀਂ ਕੁਝ।
ਪਰ ਜਦੋਂ ਉਹ ਫਿਰ ਉਹ ਇਸ ਪਾਸੇ ਨੂੰ ਆਉਂਦਾ ਉਹਦੇ ਅੰਦਰ ਫਿਰ ਉਹ ਉਤਸ਼ਾਹ ਬਣਦਾ, ਉਹਨੂੰ ਥੋੜ੍ਹਾ ਪਤਾ ਲੱਗਦਾ ਮਨੁੱਖ ਉਸ ਪਾਸੇ ਨੂੰ ਜਦੋਂ ਜਾਂਦਾ। ਤਾਂ ਸਾਧ ਸੰਗਤ ਜੀ ਮਹਾਰਾਜ ਇਸ ਕਰਕੇ ਸਾਨੂੰ ਸੁਚੇਤ ਕਰਦੇ ਨੇ ਵੀ ਤੁਸੀਂ ਮਨ ਦੇ ਅੰਦਰ ਜਿਹੜੀ ਅਹੰਗ ਦੀ ਪੈਦਾਇਸ਼ ਹੈ ਉਹਦੇ ਤੋਂ ਸਾਵਧਾਨ ਰਹਿਣਾ। ਜਿਹੜੀਆਂ ਚੀਜ਼ਾਂ ਉਹ ਅਹੰਗ ਪੈਦਾ ਕਰਨ ਦੇ ਵਿੱਚ ਸਹਾਇਕ ਹੁੰਦੀਆਂ ਨੇ ਉਹਦੇ ਤੋਂ ਆਪਣੇ ਆਪ ਨੂੰ ਅੱਡ ਰੱਖਣਾ, ਵੱਖ ਰੱਖਣਾ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ। ਮਨੁੱਖ ਮਾਇਆ ਤਜ ਸਕਦਾ, ਸਾਧੂ ਮਾਇਆ ਤਜ ਸਕਦਾ, ਉਹਦਾ ਮਾਨ ਉਹਦੇ ਨਾਲ ਰਹਿੰਦਾ। ਮਾਨ ਕੀ ਹੈ? ਵੀ ਮੈਂ ਆਹ ਕੰਮ ਨਹੀਂ ਕਰਦਾ, ਮੈਂ ਮਾਇਆ ਤਿਆਗ ਦਿੱਤੀ, ਮੈਂ ਸੰਸਾਰ ਤਿਆਗ ਦਿੱਤਾ, ਮੈਨੂੰ ਕਿਸੇ ਦੇ ਨਾਲ ਕੋਈ ਹੁਣ ਲੈਣ ਦੇਣ ਨਹੀਂ ਹੈਗਾ, ਮੈਂ ਇਕਾਂਤ 'ਚ ਹੀ ਠੀਕ ਹਾਂ। ਉਹ ਜਿਹੜੀ ਮੈਂ ਨਾਲ ਦੀ ਨਾਲ ਤੁਰੀ ਆਉਂਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਜੇ ਤੂੰ ਮਾਇਆ ਛੱਡ ਵੀ ਦਿੱਤੀ, ਜਿੰਨਾ ਚਿਰ ਤੱਕ ਤੇਰੇ ਅੰਦਰੋਂ ਆਹ ਨਹੀਂ ਖਤਮ ਹੁੰਦੀ ਉਨਾ ਚਿਰ ਤੱਕ ਤੂੰ ਵੀ ਹਾਲੇ ਉਸੇ ਭੰਬਲ ਭੂਸੇ 'ਚ, ਇਹ ਮਨੁੱਖ ਉੱਥੇ ਉਲਝਿਆ ਫਿਰਦਾ ਹਾਲੇ ਵੀ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਨ ਦੀ ਸਟੇਜ ਆਮ ਮਨੁੱਖ ਦੀ ਨਹੀਂ, ਜਿਵੇਂ ਸੱਚੇ ਪਾਤਸ਼ਾਹ ਨੇ ਕਿਹਾ ਨਾ, ਸਾਧੋ ਮਨ ਕਾ ਮਾਨ ਤਿਆਗੋ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਇਹਨੇ ਵੱਡਿਆਂ ਵੱਡਿਆਂ ਨੂੰ ਗਾਲ ਦਿੱਤਾ, ਕਿਹਨੂੰ? ਮਾਨ ਮੁਨ ਮੁਨੀਜਨ ਜਿਹੜੇ ਮੋਨ ਹੋ ਗਏ, ਮੁਨੀਵਰ ਮੁਨੀਆਂ ਦੇ ਵੀ ਉੱਤੇ ਜਿਹੜੇ ਉਹਨਾਂ ਤੋਂ ਵੀ ਵੱਡੇ ਐਕਸਪੀਰੀਅੰਸ ਰੱਖਣ ਵਾਲੇ ਨੇ। ਮਾਨ ਸਭ ਹੈ ਕੋ ਖਾਏ, ਜਿਹੜੇ ਵੀ ਇਹਦੇ ਕਲਾ ਵਿੱਚ ਆਉਂਦੇ ਉਹ ਸਾਰਿਆਂ ਨੂੰ ਇਸ ਤੋਂ ਨਾਬੂਦ ਕਰ ਦਿੰਦਾ। ਇਸ ਕਰਕੇ ਫਿਰ ਮਨੁੱਖ ਕੀ ਕਰੇ? ਰਾਹ ਪਰਮਾਤਮਾ ਵਾਲਾ ਜਿਹੜਾ ਬਹੁਤ ਬਰੀਕ ਹੈ, ਖੰਡਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣ, ਖੰਨਿਓ ਤਿੱਖੀ ਪੁਰਸੁਲਾਤ, ਰੱਬ ਦੇ ਘਰ ਨੂੰ ਜਾਣ ਵਾਲਾ ਰਾਹ ਜਿਹੜਾ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਇਸਲਾਮਿਕ ਜਿਹੜੀ ਰਿਲੀਜੀਅਸ ਟ੍ਰੈਡੀਸ਼ਨ ਆ, ਮਿਸਟੀਕਲ ਐਕਸਪੀਰੀਅੰਸਿਸ ਨੇ ਉਹਨਾਂ ਦੇ, ਜਦੋਂ ਉਹ ਦੋਜ਼ਖ ਅਤੇ ਅੱਲਾ ਦੇ ਘਰ ਦੀ ਗੱਲ ਕਰਦੇ ਨੇ, ਦੋਜ਼ਖ ਹੈ ਉਹ ਜਗ੍ਹਾ ਜਿਹਦੇ ਉੱਤੇ ਇੱਕ ਬਿਲਕੁਲ ਬਰੀਕ ਜਿਹਾ ਪੁਲ ਬਣਿਆ ਹੋਇਆ, ਉਹਦੇ ਥੱਲੇ ਭਾਂਬੜ ਬਲਦੇ। ਸਿਰਫ ਇਹ ਗੱਲ ਵਿੱਚ ਆ ਗਈ, ਆਪਾਂ ਥੋੜ੍ਹੀ ਜਿਹੀ ਉਹਨੂੰ ਸਮਝ ਲਈਏ। ਉਹ ਕਹਿੰਦੇ ਨੇ ਵੀ ਉਸ ਤੋਂ ਅੱਗੇ, ਉਸ ਤੋਂ ਪਾਰ ਪਰਮਾਤਮਾ ਅੱਲਾ ਦਾ ਘਰ ਆ, ਔਰ ਉਹਦੇ ਉੱਤੋਂ ਹਰ ਕਿਸੇ ਨੂੰ ਲੰਘਣਾ ਪੈਂਦਾ ਹੈ। ਉਸ ਪੁਰਸਲਾਦ ਦੇ ਉੱਤੋਂ, ਉਸ ਪੁਲ ਦੇ ਉੱਤੋਂ ਹਰ ਆਤਮਾ ਉਸੇ ਪੁਲ ਤੋਂ ਲੰਘ ਕੇ ਜਾਂਦੀ ਹੈ। ਜਿਹੜੀਆਂ ਵਾਸਨਾਵਾਂ ਦੇ ਵਿੱਚ ਲਿਪਤ ਨੇ, ਜਿਨ੍ਹਾਂ ਨੇ ਜੀਵਨ ਵਿਕਾਰਾਂ ਦੇ ਵਿੱਚ ਜੀਵਿਆ, ਉਸ ਪੁਲ ਦੇ ਉੱਤੋਂ ਲੰਘਦਿਆਂ ਥੱਲੇ ਦੋਜ਼ਖ ਦੀ ਅੱਗ ਦੇ ਵਿੱਚ ਡਿੱਗ ਪੈਂਦੀਆਂ ਨੇ। ਜਿਹੜੇ ਪਰਮਾਤਮਾ ਦੀ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨੇ, ਉਸ ਪੁਲ ਤੋਂ ਸਹਿਜੇ ਨਿਕਲ ਕੇ ਪਰਮਾਤਮਾ ਦੇ ਘਰ 'ਚ ਪ੍ਰਵੇਸ਼ ਕਰਦੇ ਹੁੰਦੇ। ਦੋਜ਼ਖ ਦੀ ਅੱਗ ਜਿਹੜੀ ਹੈ ਉਹ ਤਕਲੀਫ ਦੇ ਕਿਉਂ ਆ? ਉੱਥੇ ਮੌਤ ਨਹੀਂ ਹੁੰਦੀ, ਉਹ ਅੱਗ ਮਨੁੱਖ ਨੂੰ ਦੁੱਖ ਤਾਂ ਦਿੰਦੀ ਹੈ ਪਰ ਮਨੁੱਖ ਆਤਮਾ ਉਹਦੇ ਵਿੱਚ ਸੜਦੀ ਮਰਦੀ ਨਹੀਂ। ਉਨਾ ਚਿਰ ਤੱਕ ਉਹਦਾ ਤਪਸ਼, ਉਹਦਾ ਤਾਪ ਭੋਗਦੀ, ਉਹਨੂੰ ਦੋਜ਼ਖ ਕਹਿੰਦੇ। ਜਿੱਥੇ ਮਨੁੱਖੀ ਆਤਮਾ ਹਰ ਸਮੇਂ ਸੰਤਾਪ 'ਚ ਹੈ, ਤਾਂ ਮਹਾਰਾਜ ਕਹਿੰਦੇ ਨੇ ਹੁਣ ਇਹ ਵੀ ਇਹਦਾ ਮਤਲਬ ਵੀ ਉਹ ਰਾਹ ਬਹੁਤ ਬਰੀਕ ਹੈ। ਔਰ ਗੁਰਬਾਣੀ 'ਚ ਮਹਾਰਾਜ ਜੀ ਦੇ ਜ਼ਿਕਰ ਹੈ, ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ,
ਵੀ ਉਹ ਕਿਵੇਂ ਦਾ? ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਤੁਸੀਂ ਕਰ ਲਓ ਉਵੇਂ ਉਨਾ ਬਰੀਕ ਹੈ। ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਰ ਜਾਏ। ਹੁਣ ਮਨ ਮਾਨ ਦੇ ਵਿੱਚ, ਅਹੰਗ ਦੇ ਵਿੱਚ ਹਾਥੀ ਬਣਿਆ ਪਿਆ, ਉਸ ਬਰੀਕ ਜੇ ਰਾਹ ਦੇ ਵਿੱਚੋਂ, ਹੋਲ ਦੇ ਵਿੱਚੋਂ ਕਿਵੇਂ ਲੰਘੇਗਾ? ਇਹ ਸਿਰਫ ਦ੍ਰਿਸ਼ਟਾਂਤ ਨੇ, ਸਿੰਬਲਸ ਨੇ, ਰਿਐਲਿਟੀ ਨੂੰ ਐਕਸਪੀਰੀਅੰਸ ਕਰਾਉਂਦੇ। ਮਨ ਜਦੋਂ ਵਾਸਨਾਵਾਂ ਦੇ ਵਿੱਚ ਪੂਰਾ ਪਲਿਆ ਹੋਵੇ, ਉਹਦੇ ਕੋਲ ਉਹ ਲਾਈਫ ਦੇ ਬਹੁਤ ਲੰਬੇ ਐਕਸਪੀਰੀਅੰਸਿਸ ਹੋਣ, ਫਿਰ ਉਹਦੀ ਸੁਰਤ ਸ਼ਬਦ ਦੇ ਬਰੀਕ ਰਾਹ ਦੇ ਉੱਤੇ ਕਦੀ ਨਹੀਂ ਤੁਰ ਸਕਦੇ। ਬਰੀਕ ਰਾਹ ਮਤਲਬ ਜਿਹਦੇ ਵਿੱਚ ਸੁਰਤ ਨੂੰ ਜਾਣ ਵਾਸਤੇ ਉਹਦੇ ਨਾਲ ਹੋਰ ਕੁਝ ਨਾ ਹੋਵੇ, ਮਲਬਾ ਨਾਲ ਜੁੜਿਆ ਹੋਵੇ, ਗਾਰਬੇਜ ਨਾ ਇਕੱਠਾ ਕੀਤਾ ਹੋਵੇ। ਉਹਦੇ ਸੁਰਤ ਤਾਂ ਹੀ ਉੱਧਰ ਜਾਏਗੀ, ਉਂਝ ਨਹੀਂ ਜਾ ਸਕਦੀ ਹੁੰਦੀ। ਜਦੋਂ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ ਨਾ ਸਾਧ ਸੰਗਤ ਜੀ, ਜਿਹੜੇ ਜੀ ਅਭਿਆਸ ਕਰਦੇ ਨੇ, ਉਹਨਾਂ ਨੂੰ ਇਹ ਗੱਲ ਸਹਿਜ ਹੀ ਸਮਝ ਆ ਜਾਂਦੀ ਹੈ। ਉਦੋਂ ਪਰਮਾਤਮਾ ਦੀ ਆਵਾਜ਼ ਸਾਨੂੰ ਸਾਡੇ ਅੰਦਰ ਆਪ ਸੁਣਦੀ ਹੈ ਜੀ। ਤੁਸੀਂ ਉੱਚੀ ਬੋਲਣ ਦੀ ਕੋਸ਼ਿਸ਼ ਕਰਦੇ ਹੋ, ਬਹੁਤ ਉੱਚੀ, ਬਹੁਤ ਵਾਰੀ ਤੁਸੀਂ ਉੱਚੀ ਉੱਚੀ ਬਹੁਤ ਉੱਚੀ ਉੱਚੀ ਸਿਮਰਨ ਸੁਣਿਆ ਹੋਏਗਾ। ਉਹਦਾ ਕਾਰਨ ਇਹ ਨਹੀਂ ਹੈਗਾ ਵੀ ਉਹ ਸਿਮਰਨ ਗਲਤ ਹੈ, ਉਹਦੇ ਵੇਹ ਇਹ ਆ ਵੀ ਜਿਹੜੇ ਉਹਨੂੰ ਉਚਾਰਨ ਕਰਨ ਵਾਲੇ ਨੇ ਉਹ ਹਾਲੇ ਉਸ ਸਟੇਜਿਸ ਦੇ ਉੱਤੇ ਨੇ ਜਿੱਥੇ ਸੁਰਤ ਉਸ ਬਰੀਕ ਰਾਹ ਦੇ ਉੱਤੇ ਜਾਣ ਵਾਸਤੇ ਯਤਨਸ਼ੀਲ ਹੈ, ਹਾਲੇ ਉੱਥੇ ਪਹੁੰਚੀ ਨਹੀਂ। ਜਦੋਂ ਜਾਏਗੀ ਉਹ ਸਹਿਜ ਹੋ ਜਾਏਗੀ, ਸ਼ਾਂਤ ਹੋ ਜਾਏਗੀ, ਉਹਦੀ ਗਤੀ ਡਾਇਰੈਕਟ ਉਹਦੇ ਨਾਲ ਕਨੈਕਟ ਹੋ ਜਾਊਗੀ। ਉਹ ਕਨੈਕਸ਼ਨ ਤੋਂ ਬਗੈਰ ਜਦੋਂ ਹੁੰਦਾ ਉਦੋਂ ਫਿਰ ਮਨੁੱਖ ਨੂੰ ਤੀਖਣ ਬਾਣ ਚਲਾਏ ਵੀ ਬੜੀ ਉਤਸ਼ਾਹ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਬੋਲਦਾ ਤਾਂ ਕਿ ਉਹਨੂੰ ਉਹਦੀ ਆਵਾਜ਼ ਸੁਣੇ। ਬੜੀ ਹੈਰਾਨਗੀ ਵਾਲੀ ਗੱਲ ਹੈ, ਸਾਡੇ ਜ਼ੁਬਾਨ ਤੋਂ, ਮੂੰਹ ਤੋਂ, ਕੰਨ ਸਾਡੇ ਸਿਰਫ ਇੰਨੀ ਕੁ ਵਿੱਥਦੇ ਨੇ, 2 ਇੰਚ ਦੀ, 1.5 ਇੰਚ ਦੀ, ਔਰ ਜ਼ੁਬਾਨ ਤੋਂ ਉਚਾਰਨ ਹੋਣ ਵਾਲਾ ਸ਼ਬਦ ਇਸ ਕੰਨਾਂ ਨੂੰ ਨਹੀਂ ਸੁਣਦਾ। ਜਿਹੜੇ ਜਦੋਂ ਅਭਿਆਸ ਦੇ ਰਾਹ 'ਤੇ ਤੁਰੇ ਫਿਰ ਮਨੁੱਖ ਇਹਨਾਂ ਚੀਜ਼ਾਂ ਨੂੰ ਵੇਖ ਕੇ ਵੀ ਹੈਰਾਨ ਹੁੰਦਾ ਵੀ ਉਹਦੀ ਆਪਣੀ ਆਵਾਜ਼ ਉਹਦੇ ਕੰਨਾਂ ਤੱਕ ਨਹੀਂ ਪਹੁੰਚਦੀ। ਇੰਨੇ ਕੁ ਦੇ ਵਿੱਚ ਕਿਹੜਾ ਵਿੱਚ ਰੌਲਾ ਕੀ ਹੈ? ਉਹ ਬਾਹਰ ਇੰਦਰਿਆਵੀ 'ਤੇ ਹੈ ਹੀ ਨਹੀਂ, ਇਹਦਾ ਮਤਲਬ ਅੰਦਰਲੇ ਤਲ 'ਤੇ ਹੈ ਕੋਈ ਪ੍ਰੋਬਲਮ, ਔਰ ਉਹ ਮਨ ਦੀ ਹੈ। ਮਨ ਬੁਰੇ ਐਕਸਪੀਰੀਅੰਸਿਸ ਦੇ ਨਾਲ ਇੰਨਾ ਸਥੂਲ ਹੋ ਗਿਆ, ਮਨ ਤੋਂ ਮੈਗਲ ਹੋਏ ਰਹੇ ਹੋ, ਹਾਥੀ ਹੋ ਗਿਆ। ਮਹਾਰਾਜ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅਤੇ ਭਗਤ ਕਬੀਰ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਭਗਤ ਕਬੀਰ ਜੀ ਦੇ ਇਸ ਸਲੋਕ ਦਾ ਦੀ ਐਕ ਉਹਨੂੰ ਖੋਲ੍ਹ ਕੇ ਰੱਖਿਆ ਸਾਡੇ ਸਾਹਮਣੇ। ਭਗਤ ਜੀ ਨੇ ਦਿੱਤਾ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਰ ਜਾਏ, ਵੀ ਕਿਵੇਂ ਨਿਕਲੀਏ ਇਹਦੇ 'ਚੋਂ। ਉਹਨਾਂ ਨੇ ਅਗਲਾ ਰਾਹ ਨਹੀਂ ਦੱਸਿਆ ਭਗਤ ਕਬੀਰ ਜੀ ਨੇ, ਉਹ ਇਹਦੇ ਵਿੱਚ ਸਾਇਲੈਂਟ ਹੈ, ਜਾਂ ਐਵੇਂ ਕਹੀਏ ਵੀ ਹਿਡਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਲੋਕ ਨੂੰ ਜਦੋਂ ਖੋਲ੍ਹਦੇ ਨੇ ਉਦੋਂ ਉਹਦਾ ਸਪੱਸ਼ਟ ਉੱਤਰ ਦਿੰਦੇ ਨੇ। ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕੁਲਾ ਸਹਿਜੇ ਆਵੋ ਜਾਓ, ਵੀ ਮੁਕਤੀ ਦਾ ਰਾਹ ਖੁੱਲ੍ਹ ਗਿਆ ਜਦੋਂ ਪੂਰਨ ਗੁਰੂ ਮਿਲ ਗਿਆ, ਔਰ ਮਨੁੱਖ ਆਪਣੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰ ਪਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਸਹਿਜੇ ਆਵੋ ਜਾਓ, ਉਹ ਮਨੁੱਖ ਸਹਿਜਤਾ ਦੇ ਨਾਲ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਂਦਾ। ਸਾਡੇ ਵਾਸਤੇ ਵਾਹਿਗੁਰੂ ਕਹਿਣਾ ਕਿੰਨਾ ਔਖਾ ਹੋ ਜਾਂਦਾ ਇੱਕ ਆਮ ਸੰਸਾਰੀ ਦੁਨਿਆਵੀ ਬੰਦੇ ਵਾਸਤੇ, ਔਰ ਰੱਬੀ ਬੰਦਗੀ ਵਾਲੇ ਪੁਰਖ ਜਿਹੜੇ ਅਭਿਆਸ ਵਾਲੇ ਨੇ ਉਹ ਇੱਕ ਵਾਰੀ ਕਹਿਣ 'ਤੇ ਉਸੇ ਤਰ੍ਹਾਂ ਉਹ ਕਨੈਕਟ ਹੋ ਜਾਂਦੇ, ਉਹਨਾਂ ਨੂੰ ਉਹ ਰਾਹ ਦਿਸ ਜਾਂਦਾ, ਉਹਨਾਂ ਦਾ ਰਾਹ ਖੁੱਲ੍ਹ ਗਿਆ।
ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਹਾਥੀ ਹੋ ਗਿਆ, ਔਰ ਹਾਥੀ ਕਦੇ ਵੀ ਕਿਸੇ ਬਰੀਕ ਹੌਲ 'ਚੋਂ ਤੋਂ ਲੰਘ ਨਹੀਂ ਸਕਦਾ। ਇਸ ਕਰਕੇ ਉਹਨੂੰ ਜ਼ਰੂਰੀ ਹੈ ਵੀ ਉਹਨੂੰ ਉਹਦੇ ਕੋਲ ਉਹ ਹੁਣ ਮਨ ਨੂੰ ਇੰਨਾ ਹੌਲਾ ਜਾਂ ਬਰੀਕ ਕਰ ਲਿਆ ਜਾਏ ਤਾਂ ਕਿ ਉਹਦੇ ਵਿੱਚੋਂ ਉਹਨੂੰ ਆਉਣਾ ਜਾਣਾ ਸੌਖਾ ਹੋ ਜਾਵੇ, ਸੁਰਤ ਸ਼ਬਦ ਦੇ ਨਾਲ ਡਾਇਰੈਕਟ ਕਨੈਕਟ ਵੀ ਹੋ ਸਕੇ, ਜਦੋਂ ਉਹ ਚਾਹਣ ਉਹ ਦੁਨਿਆਵੀ ਤੌਰ 'ਤੇ ਵੀ ਵਿਚਰ ਸਕਦੇ ਹੋਣ। ਯਾਨੀ ਬੰਦਗੀ ਦਾ ਜਿਹੜਾ ਅਨੁਭਵ ਹੈ ਸਾਧ ਸੰਗਤ ਜੀ, ਇਹ ਪਹਿਲਾਂ ਹੈਗਾ ਜਦੋਂ ਇੰਡੀਵਿਜੁਅਲੀ ਮਨੁੱਖ ਅਭਿਆਸ ਕਰਦਾ ਉਦੋਂ ਉਹਦਾ ਸਟਰਗਲ ਹੈ, ਹਾਲਾਂਕਿ ਉਹ ਵੀ ਗੁਰੂ ਦੀ ਪ੍ਰੇਜੈਂਸ ਦੇ ਵਿੱਚ ਹੀ ਹੁੰਦਾ। ਇੰਡੀਵਿਜੁਅਲੀ ਤਾਂ ਸਿਰਫ ਆਪਾਂ ਸ਼ਬਦ ਯੂਜ਼ ਕਰ ਰਹੇ ਹਾਂ, ਹੁੰਦਾ ਗੁਰੂ ਦੀ ਪ੍ਰੇਜੈਂਸ 'ਚ ਹੀ ਹੈ, ਪਰ ਜਦੋਂ ਉਹ ਆਪਣੇ ਆਪ ਦੇ ਨਾਲ ਫਾਈਟ ਕਰਦਾ ਮਨੁੱਖ ਲੜਦਾ, ਉਦੋਂ ਆਪਣੇ ਅੰਦਰ ਦੀ ਸਥੂਲਤਾ ਨੂੰ ਵੇਖਦਾ ਵੀ ਮੈਂ ਮੇਰੇ ਅੰਦਰ ਜੁੜਿਆ ਕੀ ਹੈ, ਮਨ ਇੰਨਾ ਵੱਡਾ ਹੋ ਕਿਵੇਂ ਗਿਆ। ਤਾਂ ਫਿਰ ਉਹਨੂੰ ਉਹਦੇ ਅੰਦਰ ਉਹ ਚੀਜ਼ਾਂ ਨਜ਼ਰ ਆਉਂਦੀਆਂ ਨੇ ਜਿਹਦੇ ਪ੍ਰਤੀ ਮਹਾਰਾਜ ਸੁਚੇਤ ਕਰਦੇ ਨੇ, ਕਾਮ ਕ੍ਰੋਧ ਸੰਗਤ ਦੁਰਜਨ, ਕਿ ਇਹਨਾਂ ਤਿੰਨਾਂ ਦੇ ਪ੍ਰਭਾਵ ਦੇ ਨਾਲ ਅੰਦਰ ਜਿਹੜਾ ਇੰਨਾ ਸਥੂਲ ਹੋ ਗਿਆ। ਇਸ ਕਰਕੇ ਉਹ ਪਰਮਾਤਮਾ ਵਾਲੇ ਪਾਸੇ ਨੂੰ ਆਲਸ ਕਰਦਾ, ਉਹ ਬੰਦਗੀ ਵਾਲੇ ਪਾਸੇ ਤੁਰਦਾ ਵੀ ਹੈ ਪਰ ਉਹਦੀ ਕਨੈਕਟੀਵਿਟੀ ਨਹੀਂ ਬਣਦੀ, ਉਹਦੇ ਨਾਲ ਸਾਂਝ ਨਹੀਂ ਬਣਦੀ, ਉਹਦੇ ਨਾਲ ਉਹਦਾ ਕਨੈਕਸ਼ਨ ਨਹੀਂ ਬਣਦਾ, ਉਹਦੇ ਨਾਲ ਉਹ ਜੁੜਦਾ ਨਹੀਂ, ਔਰ ਮਨੁੱਖ ਉੱਥੇ ਫਿਰ ਖੁਆਰ ਹੁੰਦਾ। ਉਹ ਖੁਆਰੀ ਲੰਮੇ ਸਮੇਂ ਤੱਕ ਜਦੋਂ ਚੱਲਦੀ ਰਹੇ ਫਿਰ ਮਨੁੱਖ ਨਿਰਾਸ਼ ਹੋ ਜਾਂਦਾ, ਛੱਡ ਦਿੰਦਾ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਉਹ ਰਾਹ ਛੱਡ ਦਿੱਤਾ, ਹੁਣ ਵੀ ਹੈਗੇ ਨੇ, ਇਨ ਫਿਊਚਰ ਵੀ ਹੋਣਗੇ, ਹੋ ਸਕਦਾ ਸਾਡੇ ਤੁਹਾਡੇ 'ਚੋਂ ਵੀ ਕਈ ਇਹੋ ਜਿਹੇ ਹੋਣ ਜਿਨ੍ਹਾਂ ਨੂੰ ਬਾਅਦ 'ਚ ਉੱਕਾ ਹੀ ਇਹ ਬੇਸਵਾਦਾ ਲੱਗਣ ਲੱਗ ਜਾਵੇ, ਪਰ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਦਾ ਆਪਾ ਹਲੇ ਅਹੰ ਜਿਹੜਾ ਹੈ ਸਥੂਲਤਾ ਮਨ ਦੀ ਜਿਹੜੀ ਉਹ ਪ੍ਰਭਾਵੀ ਹੁੰਦੀ ਹੈ। ਜਦੋਂ ਉਹ ਸਥੂਲਤਾ ਗੁਰੂ ਦੇ ਸ਼ਬਦ ਰਾਹੀਂ ਮਾਈਨਸ ਹੁੰਦੀ ਹੈ, ਮਨੁੱਖ ਇਸ ਪਾਸੇ ਨੂੰ ਸ਼ੁਕਰਾਨੇ ਨਾਲ ਵੱਧਦਾ ਜਾਂਦਾ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ। ਗੁਰੂ ਉਹ ਮਿਲੇ ਜਿਹੜਾ ਇਹ ਰਾਹ ਖੋਲ ਦੇਵੇ, ਔਰ ਗੁਰੂ ਆਪਣੀ ਨਜ਼ਰੇ ਕਰਮ ਸਦਕਾ ਇਸ ਤਰ੍ਹਾਂ ਕਰੇਗਾ, ਤੁੱਠਾ ਕਰੇ ਪਸਾਓ। ਜਦੋਂ ਤੁੱਠ ਗਿਆ, ਤੁੱਠਾ ਜਦੋਂ ਗੁਰੂ ਤੋਂ ਕਿਰਪਾ ਦ੍ਰਿਸ਼ਟੀ ਪ੍ਰਾਪਤ ਹੋਵੇ, ਉਹ ਸਾਡੇ ਕਿਸੇ ਕਰਮ ਕਰਕੇ ਨਹੀਂ ਹੁੰਦੀ, ਸਾਡੇ ਕਿਸੇ ਯਤਨ ਕਰਕੇ ਨਹੀਂ ਹੁੰਦੀ, ਸਾਡੇ ਕਿਸੇ ਦਾਅਵੇ ਕਰਕੇ ਨਹੀਂ ਹੁੰਦੀ ਵੀ ਮਹਾਰਾਜ ਅਸੀਂ ਇੰਨੀ ਸੇਵਾ ਕੀਤੀ, ਇੰਨਾ ਭਜਨ ਕੀਤਾ, ਇੰਨੀ ਅਸੀਂ ਬਾਣੀ ਪੜ੍ਹੀ, ਹੁਣ ਤੁਸੀਂ ਸਾਡੇ 'ਤੇ ਤੁੱਠ ਪਾਓ, ਐਵੇਂ ਨਹੀਂ ਹੁੰਦਾ। ਉਹਦੀ ਨਜ਼ਰੇ ਕਰਮ ਆ, ਉਹਦੀ ਰਹਿਮਤ ਹੈ, ਉਹਦੀ ਦਿਆਲੂਤਾ ਹੈ ਵੀ ਉਹ ਕਿਸੇ 'ਤੇ ਤੁੱਠ ਪਵੇ, ਔਰ ਆਪਣੀ ਉਸ ਕਿਰਪਾ ਦ੍ਰਿਸ਼ਟੀ ਸਦਕਾ ਜਦੋਂ ਗੁਰੂ ਤੁੱਠੇਗਾ, ਮਨੁੱਖੀ ਮਨ ਤੋਂ ਉਹ ਮੈਲ ਲਾ ਦੇਗਾ, ਉਹ ਭਾਰ ਹੌਲਾ ਕਰ ਦੇਗਾ, ਜਿਹੜਾ ਉਹਨੂੰ ਉਸ ਪਾਸੇ ਜਾਣ ਨਹੀਂ ਦਿੰਦਾ, ਜਿਹਨੇ ਉਹਨੂੰ ਹਾਥੀ ਬਣਾ ਛੱਡਿਆ, ਵੱਡਾ ਸਥੂਲ ਕਰ ਛੱਡਿਆ। ਔਰ ਇਹੀ ਸਭ ਤੋਂ ਵੱਡੀ ਨਿਸ਼ਾਨੀ ਹੈ ਸਾਧ ਸੰਗਤ ਜੀ, ਪਰਮਾਤਮਾ ਵਾਲੇ ਗੁਰੂ ਵਾਲੇ ਰਾਹ 'ਤੇ ਤੁਰਨ ਦੀ, ਵੀ ਕੋਈ ਮਨੁੱਖ ਉਸ ਪਾਸੇ ਤੁਰ ਰਿਹਾ, ਗੁਰੂ ਸਾਹਿਬ ਜੀ ਦੀ ਉਹਦੇ 'ਤੇ ਬਖਸ਼ਿਸ਼ ਹੁੰਦੀ ਹੈ, ਉਹਦਾ ਜੀਵਨ ਗੁਰੂ ਦੇ ਉਦੇਸ਼, ਗੁਰੂ ਦੇ ਸੰਦੇਸ਼, ਗੁਰੂ ਦੇ ਉਪਦੇਸ਼ ਅਕੋਰਡਿੰਗ ਢਲਣਾ ਸ਼ੁਰੂ ਹੋ ਜਾਂਦਾ। ਬਸ ਆਹੀ ਇਹਦੀ ਪਹਿਚਾਣ, ਹੋਰ ਕੁਝ ਵੀ ਨਹੀਂ। ਜਿਹਦੇ ਜੀਵਨ 'ਚ ਉਹ ਕੁਝ ਢਲਦਾ ਨਹੀਂ, ਕੁਝ ਪਰਿਵਰਤਨ ਨਹੀਂ ਹੁੰਦਾ ਉਹਦੇ ਲਿਹਾਜ਼, ਉਹਦੇ ਲਿਬਾਜ 'ਚ, ਉਹਦੇ ਅੰਦਾਜ਼ ਦੇ ਵਿੱਚ ਜੀਵਨ ਦੇ, ਉਹ ਸਮਝੋ ਫਿਰ ਮਨੁੱਖ ਹਾਲੇ ਤੁਰਿਆ ਨਹੀਂ, ਉਹ ਪਿੱਛੇ ਖੜਾ ਹੀ ਹਾਲੇ ਆਪਣੀ ਅਹੰ ਦੇ ਵਿੱਚ ਹੀ ਸਟਰਗਲ ਕਰਦਾ ਹੈ।
ਔਰ ਉਹ ਅਹੰਗ ਮਤ ਕੀਤਾ ਹੋਇਆ ਸਟਰਗਲ ਜਿਹੜਾ ਉਹ ਮਨੁੱਖ ਨੂੰ ਪ੍ਰਾਪਤ ਕੁਝ ਨਹੀਂ ਹੋਣ ਦਿੰਦਾ। ਮਨ ਰੇ ਕਹਾਂ ਪਏ ਉਤੈ ਬੌਰਾ, ਮਨ ਪਹਿਲਾਂ ਮੈਗਲ ਸੀ ਨਾ, ਤਾਂ ਇਹਦਾ ਮਤਲਬ ਉਹ ਮਨੁੱਖ ਦੇ ਅੰਦਰ ਇੱਕ ਕਮਲਾਪਨ ਪੈਦਾ ਕਰਦਾ। ਅਹੰਕਾਰ ਜਿਹੜਾ ਨਾ ਮਨੁੱਖ ਦੇ ਅੰਦਰ ਇੱਕ ਆਪ ਹੁਦਰਾਪਨ ਪੈਦਾ ਕਰ ਦਿੰਦਾ, ਜਿਹਨੂੰ ਦੁਨਿਆਵੀ ਤੌਰ 'ਤੇ ਪਾਗਲਪਨ ਕਹਿੰਦੇ। ਆਪ ਹੁਦਰਾਪਨ ਹੁੰਦਾ ਜਿਹਦੇ 'ਚ ਆਪਣੀ ਗੱਲ, ਆਪਣਾ ਹੀ ਸਭ ਕੁਝ ਠੀਕ ਲੱਗਦਾ, ਦੂਜੇ ਦਾ ਨਹੀਂ। ਭਾਵੇਂ ਉਹ ਗੁਰੂ ਸਾਹਿਬ ਜੀ ਦਾ ਵੀ ਕਿਉਂ ਹੋਏ, ਬੰਦੇ ਦੀ ਤਾਂ ਗੱਲ ਹੀ ਛੱਡ ਦਿਓ। ਵੀ ਮਨੁੱਖ ਨੂੰ ਗੁਰੂ ਦੇ ਐਕਸਪੀਰੀਅੰਸਿਸ 'ਤੇ ਵੀ ਕਈ ਵਾਰੀ ਸ਼ੰਕਾ ਹੁੰਦੀ ਵੀ ਨਹੀਂ ਐਵੇਂ ਥੋੜ੍ਹੀ ਹੁੰਦਾ। ਉਹ ਹੈ ਮਨੁੱਖ ਦਾ ਆਪ ਹੁਦਰਾਪਨ, ਜਿਹਨੂੰ ਮਹਾਰਾਜ ਕਹਿੰਦੇ ਨੇ ਮਨ ਰੇ ਕਹਾਂ ਭਇਓ ਤੈ ਬੌਰਾ, ਵੀ ਪਾਗਲ ਹੈ ਤੂੰ। ਅਹਿਨਿਸ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ। ਪਹਿਲਾਂ ਭਾਰ ਸੀ ਨਾ ਸਥੂਲ, ਹੁਣ ਮਹਾਰਾਜ ਕਹਿੰਦੇ ਨੇ ਵੀ ਲੋਭ ਕਰਕੇ ਹੌਲਾ ਹੋ ਗਿਆ। ਇਹ ਦੋਨਾਂ ਦਾ ਇੱਕੋ ਹੀ ਐਕਸਪੀਰੀਅੰਸ, ਉਹੀ ਹੈ, ਸਿਮੀਲੈਰਿਟੀ ਹੈ ਇਹਦੇ ਵਿੱਚ। ਕਿਸੇ ਦੀ ਇੱਜ਼ਤ ਚਲੀ ਜਾਏ ਆਪਾਂ ਕੀ ਕਹਿੰਦੇ ਵੀ ਕੱਖਾਂ ਤੋਂ ਹੌਲਾ ਹੋ ਗਿਆ, ਮਤਲਬ ਕੋਈ ਉਹਦੀ ਵੈਲਿਊ ਰਹੀ ਨਹੀਂ। ਇੱਥੇ ਵੀ ਇਹ ਮਨ ਦੇ ਨਾ ਹੌਰਾ ਹੋਣ ਦਾ ਮਤਲਬ ਹੈ ਜਿਹਦੀ ਕੋਈ ਅਧਿਆਤਮਿਕ ਪੱਧਰ 'ਤੇ, ਰੱਬੀ ਜੀਵਨ ਵਾਲੇ ਪੱਧਰ 'ਤੇ ਕੋਈ ਵੈਲਿਊ ਨਾ ਰਹਿ ਗਈ ਹੋਵੇ। ਸਥੂਲਤਾ ਕੀ ਹੈ? ਅਭਿਮਾਨ ਇੰਨਾ ਵੱਧ ਗਿਆ ਪਰਮਾਤਮਾ ਵਾਲੇ ਪਾਸਿਓਂ, ਉਹਦਾ ਸਾਰਾ ਕੁਝ ਹੀ ਟੁੱਟ ਗਿਆ, ਉਸ ਪਾਸੇ ਨੂੰ ਗਤੀ ਨਹੀਂ ਕਰਦਾ ਹੁਣ। ਤਾਂ ਸਾਹਿਬ ਕਹਿੰਦੇ ਨੇ ਇਹ ਨਹੀਂ ਮਹਿਸੂਸ ਕਰਦਾ, ਆਉਦ ਘਟੈ ਦਿਨਸ ਰਹਿ ਨਾਰੇ, ਇਹਨੂੰ ਇਹ ਪਤਾ ਨਹੀਂ ਲੱਗ ਰਿਹਾ। ਜਿੰਨਾ ਚਿਰ ਤੱਕ ਇਹ ਨਹੀਂ ਪਤਾ ਲੱਗਦਾ ਉਨਾ ਚਿਰ ਤੱਕ ਇਹ ਬੰਦਗੀ ਵੀ ਨਹੀਂ ਕਰੇਗਾ। ਮਨ ਗੁਰਮਿਲ ਕਾਜ ਸਵਾਰੇ, ਸੋਹਿਲਾ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਨਾ, ਔਦ ਘਟੈ ਦਿਨਸ ਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ। ਜਦੋਂ ਕਿਸੇ ਨੂੰ ਇਹ ਮਹਿਸੂਸ ਹੋਵੇ ਵੀ ਜ਼ਿੰਦਗੀ ਦਿਨੋ ਦਿਨ ਖਤਮ ਹੋ ਰਹੀ ਹੈ ਔਰ ਹਾਲੇ ਤੱਕ ਮੇਰੇ ਕੋਲ ਕੁਝ ਹੈ ਹੀ ਨਹੀਂ ਪਰਮਾਰਥ ਦੇ ਪੁਆਇੰਟ ਆਫ ਵਿਊ ਤੋਂ, ਰੱਬੀ ਦੁਨੀਆ ਦਾ, ਪਰਮੇਸ਼ਵਰੀ ਗਿਆਨ ਦਾ, ਪਰਮੇਸ਼ਵਰੀ ਧਿਆਨ ਦਾ ਕੁਝ ਕੋਲ ਹੈ ਹੀ ਨਹੀਂ। ਤਾਂ ਸਾਹਿਬ ਕਹਿੰਦੇ ਨੇ ਮਨ ਗੁਰਮਿਲ ਕਾਜ ਸਵਾਰੇ, ਜਾ ਪਹਿਲਾਂ ਜਾ ਕੇ ਗੁਰੂ ਨੂੰ ਮਿਲ, ਤਾਂ ਤੇਰੇ ਜੀਵਨ ਦੇ ਕਾਜ ਸੁਧਰਨਗੇ, ਤੇਰੀ ਜੀਵਨ ਜਾਂਚ ਤਾਂ ਸੁਧਰੇਗੀ। ਬਸ ਮਨੁੱਖ ਦੇ ਜੀਵਨ 'ਚ ਆ ਪਰਿਵਰਤਨ ਆਉਣਾ ਹੀ ਉਹਦੀ ਪਹਿਲੀ ਜ਼ਰੂਰਤ ਹੈ, ਜਦੋਂ ਆ ਜਾਏ ਫਿਰ ਉਹਨੂੰ ਰਾਹ ਦਿਸ ਜਾਂਦਾ। ਤਾਂ ਸਾਹਿਬ ਕਹਿੰਦੇ ਨੇ ਇਸ ਕਰਕੇ ਮਾਈ ਮੈਂ ਕਿਹੇ ਵੀ ਦਲਖੋਂ ਗੁਸਾਈ ਮਹਾਮੋਹ ਅਗਿਆਨ ਤਿਮਰ ਮੈਂ ਮਨ ਰਹਿਓ ਰੁਝਾਈ। ਸੱਚੇ ਪਾਤਸ਼ਾਹ ਬੜੀ ਸਹਿਜਤਾ ਦੇ ਨਾਲ ਨਾ ਜੀਵਨ ਦੇ ਹਰ ਪੱਖ ਨੂੰ ਛੋੜ ਦਿੰਦੇ ਨੇ, ਸਾਡੀ ਜਿਹੜੀ ਨਲਾਇਕੀ ਹੈ ਮਨੁੱਖੀ ਜੀਵਨ ਦੀ, ਅਗਿਆਨਤਾ ਦੀ। ਮਾਈ ਮੈਂ ਕਿਹੇ ਵੀ ਦਲਖੋਂ ਗੁਸਾਈ, ਸਵਾਲ ਹੈ ਵੀ ਹੈ ਮਾਂ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਮੈਂ, ਮੇਰੀ ਉਹਦੇ ਤੱਕ ਲਖਤਾ ਕਿਵੇਂ ਬਣੇ, ਪਹੁੰਚ, ਲਖਣਾ ਹੁੰਦਾ ਪਹੁੰਚ ਬਣਨੀ। ਮਹਾਂ ਮੋਹੋ ਅਗਿਆਨ ਤਿਮਰ ਮੋਹ, ਮਹਾਂ ਮੋਹੋ, ਮੋਹ ਦੀ ਪੂਰੀ ਪਕੜ ਹੋਵੇ ਜਿੱਥੇ, ਅਗਿਆਨ ਤਿਮਰ ਮੋਹ, ਅਗਿਆਨ ਦੇ ਹਨੇਰੇ ਵਿੱਚ ਇੱਕ ਤਾਂ ਮਨੁੱਖ ਅੰਨਾ ਹੋਵੇ, ਦੂਜਾ ਉਜੜੇ ਪੈ ਜਾਏ, ਬੁਰੇ ਰਾਹ ਦੇ ਉੱਤੇ ਤੁਰ ਪਵੇ, ਉਹਦੇ ਕੋਲ ਬਚਨ ਦੀਆਂ ਸੰਭਾਵਨਾਵਾਂ ਹੈਗੀਆਂ ਨੇ,
ਮਹਾਂ ਮੋਹੋਂ ਅਗਿਆਨ ਟਿਮਰ ਮੋਹ ਮਨ ਰਹੇ ਹੋ ਉਰਝਾਈ। ਉਹ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮਨ ਉੱਥੇ ਉਲਝਿਆ ਹੋਇਆ। ਫਿਰ ਮੈਂ ਪਰਮਾਤਮਾ ਨੂੰ ਕਿਵੇਂ ਮਿਲਾਂ ਜਦੋਂ ਮਨ ਹੀ ਇਹ ਜਿਹੜਾ ਇਸ ਰੂਪ ਦੇ ਵਿੱਚ ਅੰਦਰ ਫਸਿਆ ਹੋਇਆ। ਤਾਂ ਇਸ ਕਰਕੇ ਫਿਰ ਸੱਚੇ ਪਾਤਸ਼ਾਹ ਰਾਹ ਦੱਸਦੇ ਨੇ ਵੀ ਗੁਰੂ ਨੂੰ ਮਿਲ ਕੇ ਮਨੁੱਖ ਆਪਣੇ ਕਾਰਜ ਸਵਾਰ ਸਕਦਾ ਔਰ ਉਹਦੇ ਵਾਸਤੇ ਗੁਰੂ ਤੱਕ ਪਹੁੰਚ ਕਰਨੀ ਪੈਂਦੀ ਹੈ। ਜਿਵੇਂ ਮਨੁੱਖ ਨੂੰ ਜਦੋਂ ਬਿਮਾਰੀ ਡਾਇਗਨੋਸ ਹੋ ਜਾਵੇ ਫਿਰ ਡਾਕਟਰ ਤੱਕ ਪਹੁੰਚ ਕਰਨੀ ਪੈਂਦੀ ਹੈ ਨਾ। ਲੈਬੋਰਟਰੀਜ਼ ਤੱਕ ਤਾਂ ਸਾਡਾ ਸਫ਼ਰ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਬਿਮਾਰੀ ਡਾਇਗਨੋਸ ਨਹੀਂ ਹੁੰਦੀ। ਇਲਾਜ ਡਾਕਟਰ ਨੇ ਕਰਨਾ, ਲੈਬੋਰਟਰੀਜ਼ ਇਲਾਜ ਨਹੀਂ ਕਰਦੀਆਂ ਹੁੰਦੀਆਂ। ਇਹਦਾ ਮਤਲਬ ਵੀ ਮਨੁੱਖ ਨੂੰ ਪਤਾ ਲੱਗ ਜਾਣਾ ਕਿਸੇ ਚੀਜ਼ ਦਾ, ਇਹ ਉਹਦਾ ਇਲਾਜ ਨਹੀਂ ਹੈਗਾ। ਉਹਦੇ ਵਾਸਤੇ ਗੁਰੂ ਦੇ ਕੋਲ ਪਹੁੰਚ ਕਰਨੀ ਉਹਦਾ ਐਫਰਟ ਆ। ਆਪਣੇ ਮਨ ਦੀ ਸਥਿਤੀ ਦਾ ਸਾਨੂੰ ਗਿਆਤ ਹੋਵੇ, ਆਪਣੀ ਅਗਿਆਨਤਾ ਦਾ ਗਿਆਨ ਹੋਵੇ, ਪਤਾ ਹੋਵੇ ਵੀ ਅਸੀਂ ਉਜੜੇ ਪਏ ਹੋਏ ਹਾਂ। ਔਰ ਮਨੁੱਖ ਬਹੁਤੇ ਜਿਹੜੇ ਨੇ ਉਜੜੇ ਪਏ ਹੋਏ ਹੀ ਉਸ ਫਕਰ 'ਚ ਜ਼ਿੰਦਗੀ ਜੀਵੀ ਜਾਂਦੇ। ਇਹੀ ਹੈ ਅਗਿਆਨ ਤਿਮਰ, ਘੁੱਪ ਹਨੇਰਾ ਅਗਿਆਨਤਾ ਦਾ। ਉਹਦੇ ਤੋਂ ਅਗਲਾ ਸਟੈਪ ਹੈ ਵੀ ਗੁਰੂ ਵਾਲੇ ਪਾਸੇ ਨੂੰ ਮੁੱਖ ਕਰਕੇ ਉੱਧਰ ਤੁਰਨਾ। ਹੁਣ ਡਾਕਟਰ ਲੱਭੋ ਜਿਹੜਾ ਇਹਦਾ ਇਲਾਜ ਕਰੇਗਾ। ਤੋ ਮਨ ਦੇ ਰੋਗਾਂ ਦਾ ਇਲਾਜ ਗੁਰੂ ਕੋਲ ਆ। ਤੋ ਸਾਹਿਬ ਕਹਿੰਦੇ ਨੇ ਬਾਬਾ ਫਰੀਦ ਜੀ, ਫਰੀਦਾ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿੱਤ। ਇੱਕ ਤਾਂ ਹੋਇਆ ਵੀ ਮਨੁੱਖ ਨੂੰ ਆਪਣਾ ਪਤਾ ਆਪ ਲੱਗ ਜਾਏ, ਦੂਸਰਾ ਜਿਹੜੇ ਗੁਰੂ ਆ, ਧਰਮ ਗ੍ਰੰਥ ਆ, ਪੀਰ ਨੇ, ਪੈਗੰਬਰ ਨੇ, ਉਹਨਾਂ ਦੇ ਬੋਲ ਬਾਰ ਬਾਰ ਦੁਨਿਆਵੀ ਲੋਕਾਂ ਨੂੰ ਸੁਣਾਏ ਜਾਂਦੇ ਨੇ ਵੀ ਗੁਰੂ ਆਹ ਕਹਿੰਦਾ, ਸੱਚਾਈ ਆ ਏ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰ ਹੈ ਚਿੱਤ। ਜਿਹੜੇ ਵਾਸਨਾਵਾਂ ਦੇ ਲੰਮੇ ਐਕਸਪੀਰੀਅੰਸ 'ਚੋਂ ਲੰਘੇ ਨੇ, ਪਹਿਲਾਂ ਅਗਿਆਨਤਾ ਦੇ, ਭੈੜੀ ਮੱਤ ਦੇ, ਦੁਰਜਨ ਦੀ ਸੰਗਤ ਦੇ, ਉਹਨਾਂ ਨੂੰ ਜੇ ਤੁਸੀਂ ਪੁਕਾਰ ਪੁਕਾਰ ਕੇ ਵੀ ਇਹ ਗੱਲਾਂ ਕਹੋਗੇ ਉਹ ਮੁੜਨਗੇ ਨਹੀਂ। ਜੇ ਕਿਸੇ ਮਨੁੱਖ ਦੀ ਗੱਲ ਹੋਵੇ ਨਾ, ਫਿਰ ਸਾਨੂੰ ਆਪਾਂ ਉਹਦੇ 'ਤੇ ਕਈ ਕਿਸਮ ਦੇ ਸਵਾਲ ਕਰ ਸਕਦੇ ਹਾਂ। ਜਦੋਂ ਗੁਰਬਾਣੀ ਦੇ ਵਿੱਚ ਉਹਦੇ ਸਵਾਲਾਂ ਦੇ ਉਸੇ ਰੂਪ ਦੇ ਵਿੱਚ ਜਵਾਬ ਮੌਜੂਦ ਹੋਣ, ਫਿਰ ਮਨੁੱਖ ਨੂੰ ਸੋਚਣ ਦੀ ਲੋੜ ਆ ਵੀ ਇਹ ਰਾਹ ਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਖੋਲ੍ਹ ਸਕਦਾ, ਵੀ ਹੋਰ ਕਿਸੇ ਦੀ ਸਮਰੱਥਾ ਨਹੀਂ। ਤੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਿੰਨੀ ਮਰਜ਼ੀ ਉੱਚੀ ਆਵਾਜ਼ਾਂ ਦਿੱਤੀਆਂ ਦਿਓ, ਕੂ ਕਹਿੰਦਿਆਂ ਚਾ ਕਹਿੰਦਿਆਂ ਚੀਕਾਂ ਮਾਰਨੀਆਂ, ਕੂਕਣਾ। ਜਿਵੇਂ ਨਮਾਜ਼ ਜਦੋਂ ਸ਼ੁਰੂ ਹੁੰਦੀ ਹੈ ਨਾ, ਅਜ਼ਾਨ ਉਹ ਫਿਰ ਦਿੰਦੇ ਆ, ਸਪੀਕਰ ਦੇ ਵਿੱਚ ਆਵਾਜ਼ ਆਉਂਦੀ। ਮੱਤੀ ਦਿੰਦਿਆਂ ਨਿੱਤ, ਰੋਜ਼ ਕੋਈ ਸਾਨੂੰ ਮੱਤ ਦੇਵੇ, ਰੋਜ਼ ਕੋਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇ। ਮਨੁੱਖ ਦੀ ਪ੍ਰੋਬਲਮ ਪਤਾ ਕੀ ਹੈ, ਸੱਚ ਸੁਣ ਕੇ ਇਹਨੂੰ ਤਕਲੀਫ ਹੁੰਦੀ ਹੈ। ਭਾਵੇਂ ਆਪਾਂ ਘਰਾਂ 'ਚ ਵੀ ਰਹਿੰਦੇ ਹਾਂ ਨਾ, ਤੁਸੀਂ ਬਹੁਤੀ ਵਾਰੀ ਮਨੁੱਖ ਆਪਣੇ ਜੀਆਂ ਤੋਂ ਵੀ ਸੱਚ ਸਹੀ ਕਹਿਣ ਤੋਂ ਰੁਕ ਜਾਂਦਾ ਵੀ ਜੇ ਇਹਨੂੰ ਕਿਹਾ ਤਾਂ ਇਹਨੇ ਪੁਆੜਾ ਪਾ ਕੇ ਬਹਿ ਜਾਣਾ। ਔਰ ਯਕੀਨਨ ਜਿਹੜੇ ਸੱਚ ਨੂੰ ਸੁਣ ਕੇ ਸਾਨੂੰ ਤਕਲੀਫ ਨਹੀਂ ਹੋ ਰਹੀ, ਇਹਦਾ ਮਤਲਬ ਉਹ ਸੱਚ ਹੈ ਨਹੀਂ। ਔਰ ਜਿਹਨੂੰ ਸੁਣਦਿਆਂ ਹੀ ਸਾਡਾ ਤਨ ਮਨ ਬਲ ਉੱਠੇ, ਆਪਣੀ ਐਵੇਂ ਲੱਗੇ ਵੀ ਜਿਵੇਂ ਮੇਰੀ ਹਸਤੀ ਦੇ ਉੱਤੇ ਕਿਸੇ ਨੇ ਚੋਟ ਕਰ ਦਿੱਤੀ, ਸਮਝੋ ਯਕੀਨਨ ਉਹ ਸੱਚ ਹੈ। ਤੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਦੋਂ ਮੱਤ ਕਿਸੇ ਨੂੰ ਦਿੱਤੀ ਜਾਵੇ ਔਰ ਉਹ ਉਹਨੂੰ ਐਕਸੈਪਟ ਨਾ ਕਰੇ, ਇਹਦਾ ਕਾਰਨ ਇਹ ਹੈ ਜੋ ਸ਼ੈਤਾਨ ਵੰਜਾਇਆ,
ਜਿਹੜੇ ਸ਼ੈਤਾਨ ਦੇ ਕਲਾਵੇ 'ਚ ਨੇ। ਇਸਲਾਮਿਕ ਜਿਹੜੀ ਰਿਲੀਜੀਅਸ ਟ੍ਰੈਡੀਸ਼ਨ ਆ ਉਹਦੇ ਇੱਕ ਪਾਸੇ ਅੱਲਾਹ, ਦੂਸਰੇ ਪਾਸੇ ਸ਼ੈਤਾਨ, ਯਾਨੀ ਬੁਰੀਆਂ ਨੈਗੇਟਿਵਿਟੀ। ਆਪਣੇ ਇੱਧਰ ਹੈ ਵੀ ਇੱਕ ਪਾਸੇ ਮਾਇਆ ਪਰਮਾਤਮਾ, ਬੁਰੇ ਵਿੱਚ ਬੁਰਾ ਲਾਈਫ ਐਕਸਪੀਰੀਅੰਸ ਅਤੇ ਚੰਗਾ ਗੁਰੂ ਵਾਲਾ ਲਾਈਫ ਐਕਸਪੀਰੀਅੰਸ, ਦੋਨਾਂ 'ਚ ਸਟਰਗਲ ਆ। ਉੱਧਰ ਸ਼ੈਤਾਨ ਅਤੇ ਅੱਲਾਹ ਦੀ ਬੰਦਗੀ ਵਾਲੇ ਜੀਆਂ 'ਚ ਸਟਰਗਲ ਆ। ਬਸ ਆਹੀ ਆਪੋ ਆਪਣੇ ਫੇਥ ਦੇ ਵਿੱਚ ਸਮਝਾਉਣ ਦਾ ਇੱਕ ਵੇ। ਤੋ ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸ਼ੈਤਾਨ ਨੇ ਆਪਣੇ ਕਲਾਵੇ 'ਚ ਲਿਆ ਹੋਇਆ, ਉਹਨਾਂ ਦੇ ਚਿੱਤ ਉਸ ਪਾਸਿਓਂ ਮੋੜਨੇ ਜਿਹੜੇ ਨੇ ਉਹ ਮੁਸ਼ਕਲ ਨੇ। ਮਨੁੱਖ ਵਾਪਸ ਨਹੀਂ ਮੁੜੇਗਾ ਉੱਧਰ, ਪਰ ਛੇਤੀ ਦਾ ਤਾਂ ਮਤਲਬ ਹੀ ਨਹੀਂ। ਤੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਵਾਨ ਪੂਛ ਜੋ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀ। ਨੌਵੇਂ ਪਾਤਸ਼ਾਹ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲੀਨੋ। ਹੁਣ ਦੂਸਰੇ ਸ਼ਬਦ ਦੂਸਰੀ ਪੰਕਤੀ 'ਚ ਅਰਦਾਸ, ਮਹਾਰਾਜ ਇਹ ਜਿਹੜਾ ਮਨ ਅਮੋੜ ਆ, ਮੁੜਦਾ ਨਹੀਂ, ਪੁੱਠੇ ਪਾਸੇ ਹੀ ਜਾਂਦਾ ਹੈ, ਬੁਰੀ ਮਤ ਦਾ ਅਨੁਸਰਣ ਕਰਦਾ ਹੈ, ਸੱਚੇ ਪਾਤਸ਼ਾਹ ਤੁਸੀਂ ਰਹਿਮਤ ਕਰੋ, ਆਪਣੇ ਬਿਰਧ ਦੀ ਲਾਜ ਰੱਖੋ, ਸਾਨੂੰ ਆਪਣੇ ਵਾਲੇ ਪਾਸੇ ਮੋੜ ਲਵੋ। ਆ ਵੈਰਾਗ ਤੱਕ ਜਾਣ ਦੇ ਐਕਸਪੀਰੀਅੰਸਿਸ ਨੇ ਸਾਧ ਸੰਗਤ ਜੀ। ਵੈਰਾਗ ਸ਼ਿਖਰ ਹੈ ਜਿੱਥੇ ਫਿਰ ਰੱਬ ਤੋਂ ਸਿਵਾ ਔਰ ਮਨੁੱਖ ਨੂੰ ਕੁਝ ਦਿਸਦਾ ਹੀ ਨਹੀਂ, ਔਰ ਉਹਦੇ ਅਲਟਰਨੇਟਿਵ ਉਹਦੇ ਕੋਲ ਕੋਈ ਨਹੀਂ। ਦੁਨਿਆਵੀ ਤੌਰ 'ਤੇ ਸਾਡੇ ਕੋਲ ਹਜ਼ਾਰ ਅਲਟਰਨੇਟਿਵ ਨੇ ਲਾਈਫ 'ਤੇ। ਜਿਵੇਂ ਮਨੁੱਖ ਜਦੋਂ ਪਰਮਾਤਮਾ ਵਾਲੇ ਪਾਸੇ ਤੁਰਦਾ ਹੈ ਤੋ ਮਨ ਨੂੰ ਸੱਚ ਡਿਸਟਰਬ ਕਰਦਾ। ਪਹਿਲਾਂ ਸੱਚ ਹਮੇਸ਼ਾ ਮਨ ਨੂੰ ਡਿਸਟਰਬ ਕਰੇਗਾ ਜੀ, ਕਿਉਂਕਿ ਅਸੀਂ ਜਿਹੜੀ ਜੀਵਨ ਜੀ ਰਹੇ ਹਾਂ ਉਹ ਸਾਰੀ ਦੀ ਵਿੱਚ ਸੱਚ ਦਖਲ ਕਰਦਾ, ਜਦੋਂ ਉਦੋਂ ਸਾਰਾ ਸਟਰਕਚਰ ਹਿੱਲ ਜਾਂਦਾ ਮਨੁੱਖ ਦਾ ਆਪਣਾ। ਤਾਂ ਫਿਰ ਉੱਥੇ ਕੁਝ ਰਹਿ ਹੀ ਨਹੀਂ ਜਾਂਦਾ ਵੀ ਉਹਦੀ ਆਈਡੈਂਟੀ ਉਹਦਾ, ਉਹਨੂੰ ਸਾਰਾ ਕੁਝ ਆਪਣਾ। ਫਿਰ ਐਵੇਂ ਲੱਗਦਾ ਵੀ ਮਲੀਨ, ਔਰ ਕੋਈ ਐਵੇਂ ਕਿਉਂ ਮੰਨੇ ਵੀ ਜੋ ਹੁਣ ਤੱਕ ਦਾ ਉਹਦਾ ਲਾਈਫ ਐਕਸਪੀਰੀਅੰਸ ਹੈ ਉਹ ਸਾਰੇ ਦਾ ਸਾਰਾ ਮੈਲਾ ਹੀ ਸੀ। ਕੋਈ ਕਿਉਂ ਮੰਨੇਗਾ ਇਹ ਗੱਲ ਨੂੰ? ਇਸ ਕਰਕੇ ਉਹਦਾ ਡਿਸਟਰਬ ਹੋਣਾ ਸੁਭਾਵਿਕ ਹੈ। ਉਦੋਂ ਮਨੁੱਖ ਉਸ ਡਿਸਟਰਬੈਂਸ 'ਚੋਂ ਨਿਕਲਣ ਦਾ ਯਤਨ ਨਹੀਂ ਕਰਦਾ ਹੁੰਦਾ ਵੀ ਗੁਰੂ ਵਾਲੇ ਪਾਸੇ ਨੂੰ ਜਾਂਦਾ, ਉਹ ਵਾਪਸ ਫਿਰ ਉਸੇ ਦੁਨੀਆ ਦੇ ਵਿੱਚ ਚਲਾ ਜਾਂਦਾ, ਔਰ ਉਹਨੂੰ ਉੱਥੇ ਜਾ ਕੇ ਸਕੂਨ ਮਹਿਸੂਸ ਹੁੰਦਾ। ਬਹੁਤ ਸਾਰੇ ਸੰਗਤ ਦੇ ਵਿੱਚ ਵੀ ਐਵੇਂ ਦੇ ਜੀ ਹੋਣਗੇ ਵੀ ਸੰਗਤ ਘੰਟਾ ਕੁ ਦੋ ਕੀਤੀ, ਫਿਰ ਜਾ ਕੇ ਸਿਨੇਮਾ ਹਾਲ 'ਚ ਚਲੇ ਗਏ, ਪਾਰਟੀ 'ਚ ਚਲੇ ਗਏ, ਟੀ ਵੀ ਲਾ ਕੇ ਬੈਠ ਗਏ, ਬੱਚੇ ਗੇਮਾਂ ਖੇਡਣ, ਐਵੇਂ ਹੁੰਦਾ ਬਹੁਤ ਵਾਰੀ ਹੁੰਦਾ। ਉਹ ਜਿਹੜਾ ਸੰਗਤ 'ਚ ਬੈਠ ਕੇ ਉੱਤੇ ਬੋਝ ਪੈ ਗਿਆ ਆਪਣੇ 'ਤੇ, ਹੁਣ ਉਹਨੂੰ ਉਹ ਰਿਲੀਜ਼ ਕਰਨਾ ਚਾਹੁੰਦੇ ਹੁੰਦੇ ਨੇ ਫਿਰ। ਅਤੇ ਉਹ ਰਿਲੀਜ਼ ਕਿਵੇਂ ਹੋਏਗਾ? ਉਹ ਬੋਝ ਕੀ ਪੈ ਗਿਆ ਵੀ ਜਿਹੜਾ ਲਾਈਫ ਸਾਡਾ ਸਟਰਕਚਰ ਸੀ ਬਣਿਆ ਹੋਇਆ ਉਹਨੂੰ ਸੱਚ ਨੇ ਡਿਸਟਰਬ ਕਰ ਦਿੱਤਾ। ਆਪਾਂ ਇਹਨੂੰ ਕਹਿੰਦੇ ਹਾਂ ਵੀ ਡਿਸਟਰਬ ਕਰ ਦਿੱਤਾ, ਇਹ ਸਿਰਫ ਸਮਝਣ ਵਾਸਤੇ ਲਫ਼ਜ਼ ਯੂਜ਼ ਕਰ ਰਿਹਾ। ਅਸਲ ਦੇ ਵਿੱਚ ਇਹ ਕਹਾਣੀ ਇਹ ਹੈ ਵੀ ਉਹਨੇ ਸਹੀ ਨੇ ਤੁਹਾਨੂੰ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ, ਹੁਣ ਸਾਡਾ ਲਾਈਫ ਸਟਾਈਲ ਸਾਨੂੰ ਪ੍ਰਮਾਣਿਤ ਨਹੀਂ ਵੀ ਇਹ ਸੱਚ ਜਿਹੜਾ ਹੈ ਇਹਨੂੰ ਆ ਕੇ ਡਿਸਟਰਬ ਕਰੇ। ਔਰ ਉਹ ਚੀਜ਼ ਫਿਰ ਜਦੋਂ ਮਨ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਮਨੁੱਖ ਨੂੰ ਰਿਲੀਜ਼ ਕਰਨਾ ਚਾਹੁੰਦਾ ਹੈ, ਇਸੇ ਕਰਕੇ ਫਿਰ ਦੁਰਜਨ ਦੀ ਸੰਗਤ 'ਚ ਵਾਪਸ ਚਲਾ ਜਾਂਦਾ, ਔਰ ਉੱਥੇ ਜਾ ਕੇ ਉਹ ਰਿਲੈਕਸ ਫੀਲ ਕਰਦਾ ਹੈ, ਔਰ ਆਪਣੇ ਆਪ ਨੂੰ ਫਿਰ ਪਤਾ ਕਿਵੇਂ ਦੇਵੇਗਾ ਥਾਪੜਾ ਵੀ ਚਲੋ ਆਪਾਂ ਦੀਵਾਨ 'ਤੇ ਅਟੈਂਡ ਕਰ ਰਹੇ ਨਾ, ਆਪਾਂ ਬਾਣੀ 'ਤੇ ਸੁਣੀਏ ਨਾ, ਐਵੇਂ ਧਰਵਾਸ ਦਿੰਦਾ ਮਨੁੱਖ। ਉਹਦੀ ਸਥਿਤੀ ਅੰਦਰ ਦੀ ਉੱਥੇ ਖੜੀ ਰਹਿੰਦੀ, ਤਾਂ ਉਹ ਮਨੁੱਖ ਕਦੀ ਜੀਵਨ 'ਚ ਬਦਲਦਾ ਨਹੀਂ। ਔਰ ਇਹਦੇ ਤੋਂ ਬਾਹਰ ਜਾਣਾ ਬਦਲਣਾ ਹੈ ਸਾਧ ਸੰਗਤ। ਔਰ ਸਾਹਿਬ ਕਹਿੰਦੇ ਨੇ ਗੁਰੂ ਟੁੱਟ ਪਏ ਤਾਂ ਫਿਰ ਹੁੰਦਾ, ਔਰ ਗੁਰੂ ਐਵੇਂ ਕਿਉਂ ਟੁੱਟੇਗਾ? ਬੱਚਾ ਵਿਹੜੇ ਦੇ ਵਿੱਚ
ਕਲਪੇ, ਰੋਵੇ, ਪਿੱਟੇ, ਮਾਂ ਉਹਦੇ 'ਤੇ ਤਰਸ ਕਿਉਂ ਕਰੇਗੀ? ਜਦੋਂ ਉਹਦੇ ਅੰਦਰ ਮਾਤਰਤਵ ਨੂੰ ਉਹਦਾ ਚੀਕਾਂ ਜਿਹੜੀਆਂ ਨੇ, ਉਹਦੇ ਚੰਗਿਆੜ ਜਿਹੜੀ ਹੈ, ਉਹਦੀ ਕਲਪਨਾ ਜਿਹੜਾ ਉਹ ਜਾ ਕੇ ਟੱਚ ਕਰੇਗਾ। ਵੀ ਮਾਂ ਬੱਚੇ ਨੂੰ ਕਦੋਂ ਝੁੱਕਦੀ ਹੁੰਦੀ ਹੈ? ਜਦੋਂ ਰੋਣਾ ਸ਼ੁਰੂ ਕਰਦਾ, ਕਦੀ ਵੀ ਨਹੀਂ। ਕਈ ਵਾਰੀ ਬੱਚਾ ਬਹੁਤ ਜ਼ਿਆਦਾ ਰੋਂਦਾ, ਪਰ ਮਾਂ ਆਪਣੇ ਕੰਮਾਂ 'ਚ ਵਿਅਸਤ ਹੁੰਦੀ ਹੈ। ਫਿਰ ਕਿਤੇ ਜਦੋਂ ਜਾ ਕੇ ਉਹਦੇ ਮਮਤਾ ਭਾਵ ਨੂੰ ਉਹਦੀ ਚੀਕ ਟੱਚ ਕਰੇ, ਫਿਰ ਉਹ ਸਾਰਾ ਕੁਝ ਛੱਡ ਕੇ ਉਹਦੇ ਕੋਲ ਆ ਜਾਊਗੀ। ਟੁੱਟਣਾ ਐਵੇਂ ਦਾ ਇੱਕ ਐਕਸਪੀਰੀਅੰਸ ਹੈ ਗੁਰੂ ਦਾ, ਵੀ ਜਦੋਂ ਕੋਈ ਜੀਵ ਸੰਸਾਰੀ ਜਿਹੜੀ ਮਾਇਆਵੀ ਜੀਵਨ ਦਾ ਦੁੱਖ ਹੈ ਉਹਦੇ ਤੋਂ ਤੰਗ ਹੋ ਕੇ ਉਹ ਗੁਰੂ ਕੋਲ, ਪਰਮੇਸ਼ਵਰ ਕੋਲ ਪੁਕਾਰ ਕਰੇ, ਸੱਚੇ ਪਾਤਸ਼ਾਹ ਮੇਰਾ ਤੇਰੇ ਤੋਂ ਬਗੈਰ ਕੋਈ ਉਤਾਰਾ ਨਹੀਂ, ਪਾਰ ਉਤਾਰਾ ਨਹੀਂ, ਔਰ ਉਹਦੀ ਉਹ ਆਵਾਜ਼ ਗੁਰੂ ਨੂੰ ਜਾ ਟੱਚ ਕਰੇ, ਫਿਰ ਉਹ ਟੁੱਟਦਾ ਜਿਵੇਂ ਮਾਂ ਬੱਚੇ ਦੇ ਉੱਤੇ ਟੁੱਟਦੀ ਹੈ, ਅਹਿਸਾਨ ਨਹੀਂ ਕਰਦੀ। ਔਰ ਉਹਨੂੰ ਜਾ ਕੇ ਸਿੱਧਾ ਪਹਿਲਾਂ ਗਲਵੱਕੜੀ 'ਚ ਹੀ ਲੈਂਦੀ, ਖੁਰਾਕ ਉਹਦੀ ਸੈਕੰਡਰੀ ਹੁੰਦੀ। ਗੁਰੂ ਜਦੋਂ ਕਿਸੇ ਨੂੰ ਗਲਵੱਕੜੀ 'ਚ ਲੈਂਦਾ ਨਾ, ਗਿਆਨ ਤਾਂ ਫਿਰ ਉਸ ਤੋਂ ਬਾਅਦ ਪ੍ਰਗਟ ਹੁੰਦਾ। ਇਸੇ ਕਰਕੇ ਕੋਈ ਵੀ ਉਸ ਗਿਆਨ ਨੂੰ ਕਦੀ ਵੀ ਉਹਦੇ 'ਤੇ ਅਭਿਮਾਨ ਨਹੀਂ ਕੀਤਾ, ਕਿਸੇ ਸਾਧੂ ਨੇ, ਕਿਸੇ ਸੰਤ ਨੇ, ਕਿਸੇ ਗੁਰਮੁਖ ਨੇ, ਕਿਉਂਕਿ ਉਹ ਗੁਰੂ ਦੀ ਬਖਸ਼ਿਸ਼ ਕਰਕੇ ਹੋਇਆ। ਔਰ ਉਸੇ ਉਹਦੇ ਐਕਸਪੀਰੀਅੰਸ ਦੇ ਵਿੱਚ ਉਹ ਫਿਰ ਜਿਉਂਦਾ ਉਹਦੇ ਸ਼ੁਕਰਾਨੇ 'ਚ। ਬਖਸ਼ਿਸ਼ ਪ੍ਰਾਪਤ ਮਨੁੱਖ ਸ਼ੁਕਰਾਨੇ 'ਚ ਜਿਉਂਦੇ ਨੇ, ਦੁਨਿਆਵੀ ਮਨੁੱਖ ਸ਼ਿਕਾਇਤ 'ਚ ਜਿਉਂਦਾ। ਸ਼ਿਕਾਇਤ ਹੁੰਦੀ ਹੈ ਹਮੇਸ਼ਾ ਜਦੋਂ ਕੁਝ ਮੰਗਿਆ ਅਗਲੇ ਨੇ ਦਿੱਤਾ ਨਹੀਂ। ਸ਼ੁਕਰਾਨਾ ਹੁੰਦਾ ਭਾਵੇਂ ਮੰਗਿਆ, ਭਾਵੇਂ ਆਪਣੀ ਇੱਛਾ ਸੀ, ਨਹੀਂ ਮਿਲਿਆ ਤਾਂ ਵੀ ਕੋਈ ਚੱਕਰ ਨਹੀਂ, ਉਹ ਤੈਨੂੰ ਚੰਗਾ ਲੱਗਦਾ, ਸਾਨੂੰ ਨਹੀਂ ਮਿਲਿਆ, ਮਹਾਰਾਜ ਤੇਰਾ ਸ਼ੁਕਰਾਨਾ, ਮੇਰੇ ਵਾਸਤੇ ਨਹੀਂ ਠੀਕ ਹੋਣਾ, ਤੂੰ ਮੈਨੂੰ ਨਹੀਂ ਦਿੱਤਾ, ਕੋਈ ਗੱਲ ਨਹੀਂ। ਦੁਨਿਆਵੀ ਬੰਦਾ ਕਹਿੰਦਾ ਵੀ ਮਹਾਰਾਜ ਇੰਨੇ ਤੇਰੀਆਂ ਬਾਣੀਆਂ ਪੜੀਆਂ, ਇੰਨੇ ਤੇਰੀ ਸੰਗਤ ਕੀਤੀ, ਇੰਨੀ ਤੇਰੀ ਸੇਵਾ ਕੀਤੀ, ਅਤੇ ਤੂੰ ਮੇਰਾ ਕੁਝ ਕੀਤਾ ਨਹੀਂ। ਬਸ ਆਹ ਸ਼ਿਕਵੇ ਅਤੇ ਸ਼ਿਕਾਇਤ 'ਚ ਜਿੰਨਾ ਚਿਰ ਤੱਕ ਮਨੁੱਖ ਰਹਿੰਦਾ, ਮਨ ਮਲੀਨ ਹੁੰਦਾ ਅਤੇ ਸਥੂਲ ਹੁੰਦਾ, ਅਭਿਮਾਨ ਵੱਧਦਾ। ਔਰ ਜਿਵੇਂ ਜਿਵੇਂ ਉਹ ਸ਼ੁਕਰਾਨੇ 'ਚ ਜੁੜਨ ਦੀ ਉਹਨੂੰ ਜਾਂਚ ਆ ਜਾਂਦੀ ਹੈ, ਉਦੋਂ ਫਿਰ ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ। ਔਰ ਸਾਹਿਬ ਕਹਿੰਦੇ ਨੇ ਗੁਰਮਤ ਵਿੱਚੋਂ ਦੁਰਮਤ ਖੋਵੈ। ਗੁਰੂ ਦੀ ਮਤ ਜਿਵੇਂ ਅੰਦਰ ਐਂਟਰ ਕਰੇਗੀ, ਸਾਡੇ ਅੰਦਰੋਂ ਦੁਰਮਤ ਦਾ ਨਾਸ਼ ਹੋਏਗਾ। ਜਿਵੇਂ ਹੀ ਗੁਰੂ ਦੇ ਬੋਲ ਅੰਦਰ ਜਾਣਗੇ, ਉਦੋਂ ਸਾਡੇ ਬੋਲ ਮਰ ਜਾਣਗੇ। ਜਿਵੇਂ ਗੁਰੂ ਦਾ ਅਨੁਭਵ ਪਿਆਰ ਉਹਦਾ ਸਾਡੇ ਅੰਦਰ ਜਾਏਗਾ, ਸਾਡਾ ਮੋਹ ਵਿੱਚੋਂ ਆਪਣੇ ਆਪ ਦਮ ਤੋੜ ਜਾਏਗਾ। ਬੜੀਆਂ ਔਖੀਆਂ ਜਿਹੀਆਂ ਗੱਲਾਂ ਨੇ ਸਾਧ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀਆਂ, ਸਾਧ ਸੰਗਤ ਜੀ, ਉਹ ਬਹੁਤ ਔਖੀਆਂ ਨੇ। ਇਹ ਸਮਝਣ 'ਚ ਵੀ ਐਕਸਪੀਰੀਅੰਸ 'ਤੇ ਫਿਰ ਬੜੇ ਸ਼ਿਖਰੀ ਹੁੰਦੇ ਨੇ। ਅਸੀਂ ਗੁਰਮਤ ਧਾਰਨ ਕੀਤੀ ਹੈ, ਸਾਡੇ ਅੰਦਰੋਂ ਦੁਰਮਤ ਮਰੀ ਨਹੀਂ। ਅਸੀਂ ਗੁਰੂ ਦੇ ਜੀਵਨ ਦੇ ਵਿੱਚੋਂ ਇੰਸਪੀਰੇਸ਼ਨਸ ਲਈਆਂ ਨੇ, ਸਾਨੂੰ ਸਾਖੀਆਂ ਚੇਤੇ ਨੇ, ਸਾਨੂੰ ਉਹਨਾਂ ਦੇ ਬੋਲ ਚੇਤੇ ਨੇ, ਪਰ ਸਾਡੇ ਜੀਵਨ ਦਾ ਕੋਈ ਲਾਈਫ ਸਟਾਈਲ ਚੇਂਜ ਨਹੀਂ ਹੋਇਆ, ਬਦਲਦਾ ਨਹੀਂ। ਤੂੰ ਉਹਨੂੰ ਕੀ ਸਮਝਿਆ ਜਾਏ? ਸਾਡਾ ਦਾਅਵਾ ਸੱਚ ਹੈ ਕਿ ਝੂਠ? ਮਨੁੱਖ ਆਪ ਆਪਣੀ ਜਜਮੈਂਟ ਆਪ ਹੀ ਦਏਗਾ, ਔਰ ਉਹਨੂੰ ਪਤਾ ਲੱਗ ਜਾਏਗਾ ਵੀ ਮੇਰਾ ਦਾਅਵਾ ਝੂਠ ਹੈ। ਕਿਉਂਕਿ ਜੇ ਸੱਚੇ ਪਾਤਸ਼ਾਹ ਕਹਿ ਰਹੇ ਨੇ ਵੀ ਗੁਰੂ ਦੇ ਬੋਲ ਜਦੋਂ ਅੰਦਰ ਜਾਂਦੇ ਨੇ, ਗੁਰਮਤ ਅੰਦਰ ਜਾਂਦੀ ਹੈ, ਉਦੋਂ ਦੁਰਮਤ ਦਾ ਨਾਸ਼ ਹੁੰਦਾ ਹੈ। ਜੇ ਮੈਂ ਬਾਣੀ ਪੜ੍ਹੀ ਹੈ, ਜੇ ਮੈਂ ਉਹਦਾ ਅਭਿਆਸ ਕੀਤਾ ਹੈ, ਇਹ ਗੁਰੂ ਦੇ ਬੋਲ ਸਨ, ਮੇਰੇ ਅੰਦਰ ਇਹਦਾ ਮਤਲਬ ਗਏ ਹੀ ਨਹੀਂ।
ਤਾਂ ਜਿਹੜੀ ਚੀਜ਼ ਮੇਰੇ ਅੰਦਰ ਗਈ ਨਹੀਂ ਉਹ ਜਾ ਕੇ ਮੇਰੇ ਅੰਦਰ ਦਾ ਜਿਹੜਾ ਬਣਿਆ ਹੋਇਆ ਪਹਿਲਾਂ ਦਾ ਢਾਂਚਾ ਉਹਨੂੰ ਕਿੱਥੋਂ ਪ੍ਰਭਾਵਿਤ ਕਰ ਲਏਗੀ? ਮੇਰੀ ਦੁਰਮਤ ਦਾ ਕਿਵੇਂ ਉਹ ਜਿਹੜਾ ਕਿਲਾ ਹੈ ਉੱਥੇ ਪੂਰਾ ਤਿਆਰ ਹੋਇਆ ਉਹਨੂੰ ਤੋੜ ਦੇਗੀ? ਤਾਂ ਇਸ ਕਰਕੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਗੁਰੂ ਦੀ ਬਾਤ ਨੂੰ ਵਾਲੇ ਪਾਸੇ ਤੁਰਨ ਨੂੰ ਸਾਨੂੰ ਪ੍ਰੇਰਦੇ ਨੇ ਵਾਰ ਵਾਰ। ਪਰ ਗੁਰੂ ਦੀ ਮਤ ਦੀ ਪ੍ਰੇਰਣਾ ਜਦੋਂ ਮਨੁੱਖ ਦੇ ਐਕਸਪੀਰੀਅੰਸ 'ਚ ਆਏ, ਉਦੋਂ ਮਨੁੱਖ ਜਿਹੜਾ ਉਹ ਗੁਰਮੁਖ ਹੋਣਾ ਸ਼ੁਰੂ ਹੋ ਜਾਂਦਾ। ਔਰ ਦੁਰਮਤ ਜਿੰਨੀ ਵੱਧਦੀ ਜਾਏ ਮਨ ਮੈਗਲ ਹੁੰਦਾ ਹੈ, ਔਰ ਪਰਮਾਤਮਾ ਨਾਲ ਉਦੋਂ ਉਹਦੀ ਦੂਰੀ ਬਣਦੀ। ਸੌਖਾ ਜਿਹਾ ਇਹ ਥਿਊਰੀ ਹੈ, ਪਰਮਾਤਮਾ ਨਾਲੋਂ ਦੂਰੀ ਬਣੇਗੀ ਤਾਂ ਮਨ ਅਹੰਕਾਰੀ ਹੈ, ਪਰਮਾਤਮਾ ਨਾਲ ਨੇੜਤਾ ਬਣ ਰਹੀ ਹੈ ਤਾਂ ਮਨ ਗੁਰੂ ਦੇ ਅਦਬ 'ਚ ਹੈ, ਬਸ ਉਹਦੇ ਹੁਕਮ ਅਕੋਰਡਿੰਗ ਜੀਵਨ ਨੂੰ ਜੀਣ ਦੇ ਰਾਹ ਦੇ ਉੱਤੇ। ਕਿਸੇ ਨੇ ਪੁੱਛਿਆ ਬ੍ਰਹਮ ਗਿਆਨੀ ਕੌਣ ਹੁੰਦਾ ਹੈ, ਗੁਰਮੁਖ ਕੌਣ ਹੁੰਦਾ ਹੈ, ਸੰਤ ਕੌਣ ਹੁੰਦਾ? ਤੋ ਇੱਕ ਰੱਬੀ ਪਿਆਰ ਵਾਲੇ ਜੀ ਨੇ ਕਿਹਾ, ਜਿਨ੍ਹਾਂ ਨੂੰ ਗੁਰੂ ਦੇ ਬੋਲਾਂ ਨੂੰ ਜਿਉਣ ਦੀ ਜਾਚ ਆ ਗਈ ਉਹ ਸੰਤ ਹੋ ਗਏ, ਉਹ ਬ੍ਰਹਮ ਗਿਆਨੀ ਹੋ ਗਏ। ਜਿਹੜੇ ਇੱਕ ਇੱਕ ਪਲ ਇੱਕ ਇੱਕ ਖਿੰਨ ਗੁਰੂ ਦੇ ਬੋਲਾਂ ਨੂੰ ਜਿਉਂਦੇ ਨੇ ਉਹੀ ਬ੍ਰਹਮ ਗਿਆਨੀ ਨੇ। ਜਿਨ੍ਹਾਂ ਨੂੰ ਹਾਲੇ ਬੋਲ ਸਿਰਫ ਪੜ੍ਹਨੇ ਆਏ ਨੇ ਉਹ ਸਾਰੇ ਹਾਲੇ ਉਸ ਰਾਹ ਦੇ ਉੱਤੇ ਨੇ, ਜਿਹੜੇ ਰਾਹ ਵੇਖਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਥੋੜ੍ਹੀ ਬਹੁਤੀਆਂ ਰਿਫਲੈਕਸ਼ਨਸ ਪਤਾ ਲੱਗੀ, ਉੱਧਰੋਂ ਚਾਨਣ ਦਾ ਕੁਝ ਮਾੜਾ ਜਿਹਾ ਝਲਕਾਰੇ ਪਏ ਨੇ, ਔਰ ਜਦੋਂ ਉਹਨਾਂ ਦਾ ਉਹ ਅਭਿਆਸ ਅੰਦਰ ਉੱਤਰਦਾ ਜਾਏ ਉਦੋਂ ਮਨੁੱਖ ਜਿਹੜਾ ਉਹ ਗੁਰੂ ਵਾਲੇ ਰਾਹ 'ਤੇ ਤੁਰਦਾ। ਔਰ ਸਾਹਿਬ ਕਹਿੰਦੇ ਨੇ ਜਦੋਂ ਗੁਰੂ ਦੀ ਬਾਤ ਅੰਦਰ ਜਾਂਦੀ ਉਦੋਂ ਦੁਰਮਤ ਬਾਹਰ ਨਿਕਲਦੀ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸਣ, ਐਸੀ ਦਾਤ ਕਿਰਪਾਲੂ ਪਾਤਸ਼ਾਹ ਜੀ ਸਾਰਿਆਂ ਦੀ ਝੋਲੀ ਪਾਉਣ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ, ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।